ਬਹੁਤ ਵਧੀਆ। ਅੱਜ ਗਿੱਦੜਬਾਹੇ ਦੀ ਇਤਿਹਾਸਿਕ ਧਰਤੀ ਤੇ ਇੱਕ ਇਤਿਹਾਸ ਲਿਖਿਆ ਜਾ ਰਿਹਾ। ਜਦੋਂ ਤੁਸੀਂ ਪਿਛਲੇ 38 ਸਾਲ ਤੋਂ ਆਪਣੇ ਜਨਤਾ ਦੇ ਸੇਵਕ ਨੂੰ ਅੱਜ ਇੱਥੇ ਆਸ਼ੀਰਵਾਦ ਦੇਣ ਆਏ ਹੋ, ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਆਦਮੀ ਪਾਰਟੀ ਦੇ ਕੈਬਨਿਟ ਮਿਨਿਸਟਰ ਬੈਠੇ ਨੇ ਸਾਡੇ ਬਾਘੇ ਪੁਰਾਣੇ ਤੋਂ, ਬਠਿੰਡੇ ਤੋਂ ਸਾਡੇ ਜਿਹੜੇ MLA ਸਾਹਿਬਾਨ ਸਾਡੇ ਅਮਨ ਅਰੋੜਾ ਸੁਨਾਮ ਤੋਂ, ਅਤੇ ਨਾਲ ਮਨਜੀਤ ਸਿੰਘ ਬਿਲਾਸਪੁਰ ਸਾਹਿਬ ਉਹ ਬੈਠੇ ਆ, ਔਰ ਜਿੰਨੇ ਵੀ ਸਾਡੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਨਾਲ ਡਿੰਪੀ ਢਿੱਲੋਂ ਜੀ ਜਿਨ੍ਹਾਂ ਦਾ ਅਸਰ ਸੂਖ ਪਿਆਰ ਮੈਂ ਇਕੱਲਾ ਨਹੀਂ ਸਾਰਾ ਪੰਜਾਬ ਜਾਣਦਾ, ਅਤੇ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰ ਦੇ, ਕਿਉਂਕਿ ਡਿੰਪੀ ਢਿੱਲੋਂ ਹੋਰਾਂ ਦਾ ਪਰਿਵਾਰ ਵੀ ਬਹੁਤ ਵੱਡਾ ਹੈ, ਜਿਹਦੇ ਬਾਰੇ ਵਾਰ ਵਾਰ ਉਹ ਗੱਲ ਕਰਦੇ ਰਹੇ ਕਿ ਇਸ ਪਰਿਵਾਰ ਨੂੰ ਜਾਨ ਜਿਹੜੀ ਹੈ ਉਹ ਸਾਡੀ ਵੱਸਦੀ ਹੈ। ਇਹੀ ਹੁੰਦਾ ਜੀ, ਜਿਹੜਾ ਚੰਗਾ ਲੀਡਰ ਹੈ, ਸਾਫ਼ ਨੀਅਤ ਵਾਲਾ ਲੀਡਰ ਹੈ, ਉਹ ਵਰਕਰਾਂ 'ਚ ਆਪਣੀ ਜਾਨ ਦੇਖਦਾ ਹੈ, ਉਹਨੂੰ ਵਰਕਰ ਵਲੰਟੀਅਰ ਲੱਗਦੇ ਨੇ, ਪਰ ਕਈ ਹੈਗੇ ਨੇ ਜਿਹੜੇ ਪਰਿਵਾਰ ਦੇਖਦੇ ਨੇ, ਫਿਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਅੱਜ ਨਹੀਂ ਤਾਂ ਕੱਲ੍ਹ ਕੀ ਜਿਹੜੀ ਹੈ ਉਹ ਹਾਲਤ ਜ਼ਿਆਦਾ ਲੋਕਾਂ ਦੇ ਮਨੋਂ ਲੈ ਜਾਂਦੇ ਆ ਫਿਰ ਉਹ। ਸੋ ਇਸ ਕਰਕੇ ਅੱਜ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ। ਗਿੱਦੜਬਾਹੇ ਮੇਰੇ ਲਈ ਕੋਈ ਬੇਗਾਨਾ ਨਹੀਂ, ਮੈਂ ਬਹੁਤ ਵਾਰ ਇੱਥੇ ਪਹਿਲਾਂ ਜਦੋਂ ਕਲਾਕਾਰ ਦੇ ਤੌਰ 'ਤੇ ਸੀ, ਮੈਂ ਬਹੁਤ ਵਾਰੀ ਸ਼ੋਅ ਕਰਨ ਵੀ ਆਉਂਦਾ ਸੀ, ਉਹ ਜਿਹੜਾ ਤਲਾਬ ਜਿਹੜਾ ਪੱਕਾ ਤਲਾਬ ਉੱਥੇ ਆਉਂਦੇ ਹੁੰਦੇ ਸੀ। ਉਸ ਤੋਂ ਬਾਅਦ ਜਦੋਂ ਵੀ ਕਿਤੇ ਆਉਣਾ ਪਹਿਲਾਂ ਨਾਲੋਂ ਦੁੱਗਣਾ ਤਿੱਗਣਾ ਪਿਆਰ ਮਿਲਦਾ। ਗਿੱਦੜਬਾਹੇ ਆ ਕੇ ਹਰ ਵਾਰੀ ਸੋਚਦੇ ਸੀ ਇਹ ਤੋਂ ਵੱਧ ਤਾਂ ਹੁਣ ਕੀ ਪਿਆਰ ਮਿਲੂ, ਪਰ ਗਿੱਦੜਬਾਹੇ ਵਾਲੇ ਜਿਸ ਤਰ੍ਹਾਂ ਡਿੰਪੀ ਹੋਰਾਂ ਨੇ ਕਿਹਾ ਕਿ ਪਿਆਰ ਵਾਲੇ ਮਾਮਲੇ 'ਚ ਆਪਦਾ ਰਿਕਾਰਡ ਆਪ ਹੀ ਤੋੜ ਦਿੰਦੇ, ਅਗਲੀ ਵਾਰ ਫਿਰ ਦੁੱਗਣਾ ਤਿੱਗਣਾ ਹੋਰ ਵਧਾ ਦਿੰਦੇ ਆ। ਸੋ ਇਹ ਤੁਹਾਡਾ ਸਿਫਤ ਹੈ ਇਹ ਧਰਤੀ ਨੂੰ, ਇਸ ਧਰਤੀ ਨੂੰ ਇਹ ਆਸ਼ੀਰਵਾਦ ਹੈ। ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਅਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਦਿੱਪੀ ਜੀ ਸਵਾਗਤ ਕਰਦਾ ਦਿਲੋਂ। ਮੈਂ ਜਦੋਂ, ਕਿਉਂਕਿ ਮੈਂ ਬਹੁਤ ਪੁਰਾਣਾ ਜਾਣਦਾ ਡਿੰਪੀ ਜੀ ਨੂੰ, ਅਤੇ ਕੁਦਰਤ ਹੈ ਕਈ ਵਾਰੀ ਵਿਧੀ ਵਿਧਾਨ ਕਿਵੇਂ ਬਣਾਉਂਦੀ ਹੈ। 1996 'ਚ ਜਦੋਂ ਸੁਖਬੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ, ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ 'ਤੇ ਬੁੱਕ ਕੀਤਾ ਸੀ, ਤਾਂ ਮੈਂ ਅੱਗੇ ਅੱਗੇ ਹੁੰਦਾ ਸੀਗਾ, ਪ੍ਰਕਾਸ਼ ਸਿੰਘ ਬਾਦਲ ਜੀ ਤੇ ਪਿੱਛੇ ਹੁੰਦੇ ਸੀਗੇ, ਫਿਰ ਮੈਂ ਜਦੋਂ ਉਹ ਪਹੁੰਚ ਜਾਂਦੇ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ। ਸੋ ਆਹ ਜਿਹੜੇ ਪਿੰਡ ਉਹ ਮੱਲਣ ਤੋਂ ਲੈ ਕੇ ਗੂੜੀ ਸੰਗਰ ਤੋਂ ਲੈ ਕੇ ਭੁਲਾਈਆਣਾ ਭੂੰਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਹੈ ਇਹ ਮੈਂ ਆਪਣੇ, ਮੈਂ ਤਾਂ ਫਿਰਨੀਆਂ ਵੀ ਜਾਣਦਾ ਇਹਨਾਂ ਦੀਆਂ, ਠੀਕ ਹੈ ਨਾ। ਅਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ, ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ, ਮੈਂ 1996 'ਚ ਅੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪੀ ਹੋਰਾਂ ਦੇ ਘਰੇ ਰਿਹਾ, ਜਿਹੜਾ ਉਹਨਾਂ ਦਾ ਬੇਟਾ ਹੈ ਇਹਨੂੰ ਮੈਂ ਗੋਦੀ ਚੱਕ ਕੇ ਖੜਾਇਆ ਹੋਇਆ, ਅਤੇ ਸਨੀ ਬੈਠਾ ਛੋਟਾ ਭਾਈ ਹੈ। ਸੋ ਮੈਨੂੰ ਤਾਂ ਬੜਾ ਖੁਸ਼ੀ ਹੈ, ਮੈਂ ਕਿ ਆਪਦੇ
ਮੈਂ ਪਰਿਵਾਰ ਚ ਆ ਗਿਆ ਜਾਂ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਹੈ। ਦੋਸਤੋ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਵੱਖ ਵੱਖ ਪਾਰਟੀਆਂ ਚ 1155 ਪਾਰਟੀਆਂ ਹੈਗੀਆਂ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ, ਪਰ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ, ਪਾਰਟੀ ਉਹਨਾਂ ਨੂੰ ਛੱਡ ਦਿੰਦੀ ਹੈ। ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ, ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ, ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜਾਏ ਕਿ ਇਹਨੂੰ ਫਿਰਦਾ ਰਹਿਣ ਦਿਓ, ਆਪਾਂ ਤਾਂ ਇੱਧਰ ਹੀ ਰਹਿਣਾ, ਆਪਾਂ ਆਪਦਾ ਪਰਿਵਾਰ ਕੁਨਬਾ ਪਾਲਣਾ, ਫਿਰ ਉਹ ਬੰਦੇ, ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਹੈ, ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ, ਇਹ ਪਾਰਟੀ ਹੁਣ ਜਿੰਨਾ ਖਮਿਆਜ਼ਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ, ਆਪਣਾ ਭੁਗਤ ਲੈਣ। ਕਿਉਂਕਿ ਹਰ ਰੋਜ਼ ਕੋਈ ਇਹੋ ਜਿਹੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ, ਨਾ ਹੀ ਮਿਲਣ। ਪਾਰਟੀਆਂ ਤਰਸਦੀਆਂ ਫਿਰਦੀਆਂ ਰਹਿੰਦੀਆਂ ਨੇ ਕਿ ਕੋਈ ਮਿਹਨਤ ਕਰਨ ਵਾਲਾ, ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਦੇ ਕੰਮ ਪੁੱਛਣ ਵਾਲਾ ਕੋਈ ਬੰਦਾ ਮਿਲ ਜਾਵੇ, ਇਹੋ ਜਿਹਾ ਵਲੰਟੀਅਰ ਮਿਲ ਜਾਵੇ। ਤਾਂ ਆਮ ਆਦਮੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਲੋਕ ਹੈਗੇ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਆ ਜਾਓ ਆਪਾਂ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ, ਆਪਾਂ ਲੋਕਾਂ ਦੀ ਸੇਵਾ ਕਰੀਏ, ਸਮਾਜ ਦੀ ਸੇਵਾ ਕਰੀਏ, ਇਹ ਮਕਸਦ ਵਾਸਤੇ ਪਾਰਟੀ। ਇਸੇ ਕਰਕੇ ਮੈਂ ਜਦੋਂ ਮਨਪ੍ਰੀਤ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਸ ਪਾਰਟੀ ਆਫ ਪੰਜਾਬ, ਤਾਂ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣ। ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ, ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ। ਮੈਂ ਇੱਕ ਮਿੰਟ ਲਈ ਦੇਰ ਨਹੀਂ ਲਾਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ, ਉਹ ਦੂਜੀਆਂ ਪਾਰਟੀਆਂ ਜਾ ਨਹੀਂ ਸਕਦੇ, ਇਹ ਨਵੀਂ ਹੈ ਤੋ ਇੱਥੇ ਚੱਲਦੇ ਹਾਂ। ਮੈਂ ਆਪਣਾ ਕੈਰੀਅਰ ਛੱਡਤਾ ਜੀ, ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਤਾ ਅਤੇ ਲੱਗ ਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ, ਖੜੀ ਕਰਾਂਗੇ ਪਾਰਟੀ। ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ, 17.5 ਸਾਲ ਦੀ ਉਮਰ ਤੋਂ ਮੈਨੂੰ ਭਗਵੰਤ ਮਾਨ ਬਣਾਤਾ ਸੀ ਲੋਕਾਂ ਨੇ। ਸੋ ਵੀਰੋ ਲਹਿਰੇ ਅੱਗੇ ਤੋਂ ਮੈਂ ਇਲੈਕਸ਼ਨ ਲੜਿਆ ਤਾਂ ਹਾਰ ਗਏ, ਮੈਂ ਕਿਹਾ ਵੀ ਕੋਈ ਗੱਲ ਨਹੀਂ, ਮੈਂ ਆਪਣੇ ਆਪਣਾ ਗੱਲ ਕੀਤੀ, ਕੋਈ ਗੱਲ ਨਹੀਂ, ਲੋਕਾਂ 'ਚ ਰਹੋ। ਲੋਕ ਕਈ ਵਾਰੀ ਚੈੱਕ ਕਰਦੇ ਹੁੰਦੇ ਆ, ਲੋਕ ਨਾ ਟੈਸਟ ਕਰਕੇ ਦੇਖਦੇ ਹੁੰਦੇ ਆ ਵੀ ਕਿਤੇ ਇਕੱਲਾ ਜਿੱਤਣ ਤਾਂ ਨਹੀਂ ਆਇਆ, ਨਾਲ ਖੜੂਗਾ ਇਹ, ਇੱਕ ਵਾਰੀ ਹਰਾ ਕੇ ਦੇਖ ਲੈਂਦੇ ਹਾਂ। ਤਾਂ ਮੈਂ ਉੱਥੇ ਖੜਾ ਰਿਹਾ, ਮੈਂ ਸੇਮ ਜਗ੍ਹਾ 'ਤੇ ਖੜਾ ਰਿਹਾ, ਪਰ ਅਚਾਨਕ ਕੀ ਹੋਇਆ ਕਿ ਮਨਪ੍ਰੀਤ ਬਾਦਲ ਹੋਈ ਕਹਿੰਦੇ ਮੈਂ ਤਾਂ ਕਾਂਗਰਸ 'ਚ ਆਊਂਗਾ। ਮੈਂ ਕਹਿੰਦਾ ਤੁਸੀਂ ਸਾਡੇ ਕੈਰੀਅਰ ਤੁਸੀਂ ਛੜਾ ਤੇ, ਕੋਈ ਕਿਹਦਾ ਸ਼ੈਲਰ ਸੀ, ਕਿਹਦੀ ਬੱਸਾਂ ਸੀ, ਸਾਰਾ ਖਤਰੇ 'ਚ ਪਾਤਾ, ਅਤੇ ਤੁਸੀਂ ਆਪ ਹੁਣ ਤੁਸੀਂ ਸਾਨੂੰ ਛੱਡ ਕੇ ਚੱਲੇ ਹੋ। ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ, ਜੇ ਪਾਰਟੀ ਬਦਲਣੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਅਕਾਲੀ ਦਲ ਤੋਂ ਕਾਂਗਰਸ 'ਚ, ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ। ਹੁਣ ਗਵਾਹ ਤਾਂ ਪਾ ਲਿਆ ਖੜਕੜ ਕਲਾਂ ਜਾ ਕੇ ਭਗਤ ਸਿੰਘ, ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ। ਮੈਂ ਕਿਹਾ ਇਹ ਤਾਂ ਨਹੀਂ ਹੋਊਗਾ ਜੀ, ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂੰ, ਮੈਂ ਤਾਂ ਉੱਥੇ ਹੀ ਖੜੂੰ, ਮੈਂ ਤਾਂ ਉਹਦੇ ਪੈਰਾਂ 'ਚ ਚਰਨਾਂ ਦੀ ਧੂੜ ਹਾਂ ਮੈਂ ਤਾਂ। ਸੋ ਵੀਰੋ 14 'ਚ ਉਹ ਕਾਂਗਰਸ ਵੱਲੋਂ ਖੜੇ ਹੋਏ ਬਠਿੰਡੇ ਤੋਂ, ਮੈਂ ਸੰਗਰੂਰ ਤੋਂ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹਦੇ ਨਾਲ 1.5 ਸਾਲ ਬਾਅਦ 'ਚ ਬਣੀ ਹੈ। ਮੈਂ ਛੋਟੀ ਪਾਰਟੀ ਜੁਆਇਨ ਕੀਤੀ, ਜੂਨੀਅਰ ਪਾਰਟੀ, ਅਤੇ ਉਹ ਕਿਉਂਕਿ ਮੈਂ ਲੋਕਾਂ 'ਚ ਵਿਚਰਦਾ ਰਿਹਾ ਉਸੇ ਇਲਾਕੇ ਤੋਂ, ਸੰਗਰੂਰ ਤੋਂ ਲਹਿਰਾ ਗੱਲ ਉਹਦੇ ਵਿੱਚ ਪੈਂਦਾ, ਉਸੇ ਇਲਾਕੇ ਤੋਂ 2.25 ਲੱਖ ਵੋਟਾਂ 'ਤੇ ਸੁਖਦੇਵ ਸਿੰਘ ਢੀਂਡਸਾ ਅਤੇ ਵਿਜੇਂਦਰ ਸਿੰਘ ਨੂੰ ਹਰਾ ਕੇ ਜ਼ਮਾਨਤਾਂ ਜ਼ਬਤ ਕਰਾਈਆਂ ਉਹਨਾਂ ਦੀਆਂ। ਸੋ ਪਬਲਿਕ ਹੈ ਜੀ, ਲੋਕ ਹੈ, ਲੋਕਾਂ ਨੂੰ ਪਿਆਰ ਨਾਲ ਗੱਲ ਕਰੋ, ਲੋਕਾਂ ਦੀਆਂ
ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪੂਰੇ ਉਤਰੋ। ਤੁਹਾਨੂੰ ਕਾਹਦੇ ਵਾਸਤੇ ਫਿਰ ਬਣਾਉਂਦੇ ਲੋਕ, ਇਸੇ ਕੰਮ ਵਾਸਤੇ ਬਣਾਉਂਦੇ ਆ? ਇਹ ਕੰਮ ਥੋੜ੍ਹੀ ਆ ਕਿ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਉਹ ਤਾਂ ਅਸੀਂ ਘਰ ਘਰ ਜਾਂਦੇ ਹਾਂ, ਆਹ ਜਿਹੜੇ ਕੋਠੇ ਨੇ ਢਾਣੀਆਂ ਨੇ ਉੱਥੇ ਵੀ ਜਾਂਦੇ ਹਾਂ ਹੱਥ ਜੋੜ ਕੇ ਵੀ ਖਿਆਲ ਰੱਖਿਓ ਜੀ। ਜਦੋਂ ਜਿੱਤ ਜਾਂਦੇ ਕਹਿੰਦੇ ਚੰਡੀਗੜ੍ਹ ਆ ਜਿਓ ਜੀ, ਕੀ ਗੱਲ ਬਈ, ਜਿੱਤਣ ਤੋਂ ਬਾਅਦ ਕਿਉਂ ਨਹੀਂ ਆਉਂਦੇ ਵਾਪਸ ਉਹਨਾਂ ਕੋਲ? ਸੋ ਅਸੀਂ ਇਸੇ ਕਰਕੇ ਸਰਕਾਰ ਤੁਹਾਡੇ ਦੁਆਰ ਨਾਂ ਦਾ ਪ੍ਰੋਗਰਾਮ ਚਲਾਇਆ ਹੋਇਆ, ਅਫਸਰਾਂ ਨੂੰ ਕਿਹਾ ਤੁਸੀਂ ਜਾਣਾ ਤੇ ਪਿੱਪਲਾਂ ਬੋਰਾਂ ਥੱਲੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੰਜਿਆਂ ਤੇ ਬਹਿ ਕੇ ਤਖ਼ਤ ਪੋਸ਼ਾਂ ਤੇ ਬਹਿ ਕੇ ਰਜਿਸਟਰੀਆਂ ਕਰਨੀਆਂ ਨੇ, ਹੋਰ ਜਿਹੜੇ ਕਾਰਡ ਜੇ ਜੋ ਜਿੰਨਾ ਕੰਮ ਨੇ ਲੋਕਾਂ ਨੇ ਤੁਸੀਂ ਕਰਨੇ ਆ। ਇਹ ਅਸੀਂ ਖਾਸ ਤੌਰ ਤੇ ਕਿਉਂਕਿ ਮੈਨੂੰ ਪਤਾ ਮੈਂ ਥੱਲੋਂ ਆਇਆ ਜੀ, ਅਸੀਂ ਤਾਂ ਆਮ ਘਰਾਂ 'ਚ ਉੱਠ ਕੇ ਆਇਆ ਜੀ, ਖੇਤੀ ਕਰਨ ਵਾਲਾ ਪਰਿਵਾਰ ਹੈ, ਦੋ ਵਾਰੀ ਏਸ਼ੀਆ ਟ੍ਰੈਕਟਰ ਤੋਂ ਬਾਂਹ ਤੜਵਾਈ ਹੋਈ ਹੈ, ਉਹ ਤਾਂ ਹੁਣ ਜੇ ਚੱਕਰ ਨਾ ਪੈਣ ਤੇ ਟੱਸ ਪਹਿਲਾਂ ਸਿੱਟ ਦੀਏ ਐਂ ਮਾਰਦਾ ਇੱਥੋਂ ਕਰ ਦਿੰਦਾ ਜੀ, ਆਹ ਦੇਖ ਲਓ ਬਿੰਗੀ ਹੈ ਇਹਦੇ ਨਾਲੋਂ। ਸੋ ਹੁਣ ਤਾਂ ਆਸ਼ੇ ਸੈਲਫ ਸਟਾਰਟ ਆ ਗਏ ਨਾ, ਸੋ ਇਸ ਕਰਕੇ ਪੱਖਿਆਂ ਦੀਆਂ ਜੈਨ ਡੋਰੀਆਂ ਬਦਲ ਕੇ ਦੋ ਵੀਲਾਂ ਵਾਲੇ ਇੰਜਨ ਦੇ ਸਲੈਂਸਰ ਮੂਹਰੇ ਮੱਛਰਦਾਨੀਆਂ ਲਾ ਕੇ ਸੁੱਤੇ ਹੋਏ ਹਾਂ ਜੀ, ਜਮਾਂ ਥੱਲੋਂ ਆਏ ਹਾਂ। ਇਹੀ ਕਾਰਨ ਹੈ ਕਿ ਅਸੀਂ ਥੱਲੋਂ ਆਏ ਹਾਂ, ਥੱਲੋਂ ਉੱਠ ਕੇ ਇਹਨਾਂ ਦੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ ਅਤੇ ਆ ਪਰਿਵਾਰ ਇੱਥੇ ਆ ਗਿਆ। ਸੋ ਹੁਣ ਜੇ ਪਰਿਵਾਰ ਸੇਵਾ ਕਰਨੀ ਚਾਹੁੰਦਾ ਪਰ ਕਿਸੇ ਦਾ ਮਨ ਹੀ ਨਹੀਂ ਬਣ ਰਿਹਾ ਕਿ ਇਹਨੂੰ ਸੇਵਾ ਦਾ ਮੌਕਾ ਹੀ ਦੇ ਦਈਏ, ਸਾਡੀ ਆਮ ਆਦਮੀ ਪਾਰਟੀ ਹੈ ਤਾਂ ਸਭ ਤੋਂ ਵਧੀਆ ਮੌਕੇ ਨੌਜਵਾਨਾਂ ਵਾਸਤੇ, ਮੁੰਡੇ ਕੁੜੀਆਂ ਜਿਹੜੇ ਰਾਜਨੀਤੀ 'ਚ ਆਉਣਾ ਚਾਹੁੰਦੇ ਆ, ਸਭ ਤੋਂ ਵਧੀਆ ਪਲੇਟਫਾਰਮ ਆਮ ਆਦਮੀ ਪਾਰਟੀ ਹੈ। ਆਹ ਸਾਡੇ ਬੈਠੇ ਨੇ, ਸਾਡੇ ਨੌ ਜੈਤੋਂ ਵਾਲਾ ਐਮ ਐਲ ਏ ਬੈਠਾ, ਸਾਡਾ ਮੁਲਕ ਬੈਠਾ, ਸਾਡੇ ਕਾਕਾ ਬਰਾੜ ਜੀ ਬੈਠੇ ਆ, ਬਾਗੇ ਪੁਰਾਣੇ ਵਾਲੇ ਬੈਠੇ ਆ, ਆਹ ਇਹ ਕੁਲਦੀਪ ਢੋਸ ਹੋਰਾਂ ਦੇ ਬੇਟੇ ਨੇ ਜਿਹੜੇ ਕਿ ਸਾਡੇ ਨਾਲ ਪੀ ਵੀ ਪੀ 'ਚ ਹੁੰਦੇ ਸੀ, ਲਾਡੀ ਢੋਸ ਅੱਜ ਕੱਲ੍ਹ ਧਰਮਕੋਟ ਤੋਂ ਐਮ ਐਲ ਏ। ਸੋ ਸਾਡੇ ਤਾਂ 26-26 23-23 ਸਾਲ ਦੇ ਮੁੰਡੇ ਕੁੜੀਆਂ ਜਿੱਤ ਗਏ, ਤੁਸੀਂ ਦੇਖ ਲਓ। ਜੀਵਨਜੋਤ ਕੌਰ ਨੇ, ਨਵਜੋਤ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ। ਇੱਥੇ ਦੇਖ ਲਓ ਤੁਸੀਂ, 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਨਹੀਂ ਹਾਰੇ ਸੀ, ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ ਜੀ, ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ਧੱਕਾ ਕੀਤਾ ਸੀ ਜਥੇਦਾਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ, ਬੜੇ ਸਾਊ, ਬਹੁਤ ਮਤਲਬ ਰੱਬੀ ਰੂਹ ਸੀਗੇ, ਉਹਨਾਂ ਨਾਲ ਧੱਕਾ ਕੀਤਾ, ਕਿਸ ਲੈਵਲ ਤੱਕ ਧੱਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਪਾਸਾ ਪਲਟਤਾ। ਵਕਤ ਹੈ, ਇਹ ਵਕਤ ਬਹੁਤ ਵੱਡੀ ਚੀਜ਼ ਹੈ, ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ, ਇਹ ਵਕਤ ਹੈ ਭਿਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ, ਹੰਕਾਰ ਨਹੀਂ ਕਰਨਾ ਚਾਹੀਦਾ, ਇਹ ਵਕਤ ਹੈ। ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ, ਰਾਜ ਕਰਾਂਗੇ 25 ਸਾਲ, ਅੱਜ 25 ਬੰਦੇ ਹੈ ਨੇ ਉਹਦੇ ਕੋਲ, ਅੱਜ 25 ਬੰਦੇ ਹੈ ਨੀ, ਕਿਉਂਕਿ ਹੰਕਾਰ, ਕਿਸੇ ਨੂੰ ਕੁਝ ਸਮਝਣਾ ਹੀ ਨਹੀਂ, ਅਫਸਰ ਸਲੂਟ ਮਾਰ ਕੇ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ, ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ, ਕਿਸੇ ਨਾਲ ਹੱਥ ਨਹੀਂ ਮਿਲਾਉਣਾ, ਬੰਦਾ ਹੱਥ ਕੱਢੀ ਖੜਾ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ, ਐਂ ਸਮਝਣ ਲੱਗ ਗਏ ਸੀਗੇ, ਪਤਾ ਨਹੀਂ ਅਸੀਂ ਉਹਨੂੰ ਇਹ ਨਹੀਂ ਪਤਾ ਸੀ। ਅੱਛਾ ਉੱਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ 'ਚ, 5 ਸਾਲ ਤੂੰ 5 ਸਾਲ ਮੈਂ ਆ ਗਿਆ, ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਤੂੰ ਆ ਗਿਆ ਤਾਂ ਮੈਨੂੰ ਕੁਛ ਨਾ ਕਹੀਂ, ਚੱਲ ਪਿਆ ਕੰਮ ਆਪਣਾ ਵਧੀਆ, ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਸਤਾ ਹੋ ਜਾਵੇ ਮਹਿੰਦਰ ਮੈਟਰ ਦਾ ਮੁੰਡਾ ਵੀ ਆਊ ਹਜੇ ਇੱਕ, ਆਹ ਨਹੀਂ ਪਤਾ ਸੀ ਉਹਨਾਂ ਨੂੰ। ਸੋ ਅਸੀਂ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਹਾਂ ਪੰਜਾਬ ਵਾਸਤੇ, ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ, ਜਦੋਂ ਮੇਰੀ ਗੱਲ ਹੋਈ ਹੈ 5 ਤਰੀਕ ਦੀ ਗੱਲ ਹੋਈ ਹੈ ਨਾ,
ਚਾਰ ਪੰਜ ਦਿਨ ਹੋਏ ਆ ਜੇ ਗੱਲ ਹੋਈ ਨੂੰ। ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਧੇ ਮਨ ਨਾਲ ਨਾ ਆਈ, ਜੇ ਤੈਨੂੰ ਸੁਖਬੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣਦਾ ਮਾਨ ਸਮਾਨ ਦਿੰਦਾ ਤਾਂ ਭਾਵੇਂ ਨਾ ਆਈ ਕੋਈ ਗੱਲ ਨੀ, ਪਰ ਜੇ ਇੱਧਰ ਆਉਣਾ ਤਾਂ 100% ਮਨ ਨਾਲ ਆਈ। ਉਦੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ, ਤੈਨੂੰ ਕਿੱਥੇ ਤੱਕ ਪਹੁੰਚਾਉਣਾ, ਲੋਕਾਂ ਦੀ ਸੇਵਾ ਕਿੰਨੀ ਕਰਾਉਣੀ, ਮੇਰਾ ਕੰਮ ਹੈ। ਸੋ ਇਹ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ। ਅੱਜ ਕੋਈ ਪੜ੍ਹਨਾ, ਮੈਂ ਮੇਰੇ ਬੱਤੀ ਡਾਂਦਾ ਕਈ ਵਾਰੀ ਨਾ, ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ। ਮੈਨੂੰ ਤਾਂ ਘਰਦੇ ਵੀ ਕਹਿੰਦੇ ਆ ਨਾ ਬੋਲਿਆ ਕਰ ਇਹੋ ਜਿਹਾ ਕੁਛ, ਸੱਚਾ ਹੋ ਜਾਂਦਾ। ਤੇ ਮੈਂ ਨਾ ਮਾਘੀ ਮੇਲੇ ਤੇ ਭਾਸ਼ਣ ਦੇ ਰਿਹਾ ਸੀ, ਮਨਪ੍ਰੀਤ ਬਾਦਲ ਵਾਲੀ ਪਾਰਟੀ ਸੀ 2013 ਦੀ ਜਨਵਰੀ, ਤਾਂ ਐਂ ਰੋਡ ਤੇ ਸੀ ਰੈਲੀ ਵਾਲੀ ਜਗ੍ਹਾ, ਗੱਡੀਆਂ ਲੰਘੀਆਂ ਲੰਘੀਆਂ, ਮੈਂ ਕਿਹਾ ਵੀ ਰੁਕਣਾ ਪੈ ਗਿਆ, ਲੋਕ ਝੱਕਣ ਲੱਗਦੇ ਕੌਣ ਹੈ। ਕਹਿੰਦੇ ਜੀ ਸੁਖਬੀਰ ਤੇ ਮਜੀਠੀਆ ਨੇ, ਰਾਜ ਸੀ ਉਦੋਂ। ਮੈਥੋਂ ਕਿਤੇ ਨਿਕਲ ਗਿਆ ਮੂੰਹ ਚੋਂ, ਮੈਂ ਕੋਈ ਨੀ ਲੰਘ ਲੈਣ ਦੋ। ਉਹ ਦਿਨ ਦੂਰ ਨੀ ਹੈਗੇ ਜਦੋਂ ਇਹਨਾਂ ਨੂੰ ਗੱਡੀ ਚ ਬਿਠਾਉਣ ਵਾਸਤੇ ਬੰਦਾ ਨੀ ਲੱਭਣਾ, ਗੱਡੀ ਚ ਬੈਠੀ ਹੋਣੀ। ਅੱਜ ਹਾਲਤ ਹੋਈ ਵੀ ਆ, ਅੱਜ ਵੀ ਸੁਖਬੀਰ ਬਾਦਲ ਨੇ ਫੋਟੋ ਖਿਚਾ ਲੂ, ਅਲਗਾਂ ਛੱਡੋ ਜੀ ਫੇਸਬੁੱਕ ਤੇ ਪੈ ਗਈ ਗਾਲਾਂ ਪੈਣਗੀਆਂ, ਕਿਉਂਕਿ ਲੋਕ ਕਹਿੰਦੇ ਰਾਹ ਇਹਨਾਂ ਨਾਲ ਖੜੇ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਹੁਣ ਮੱਤ ਵੱਜੀ ਪਈ ਹੈ। ਮੈਂ ਡਿੰਪੀ ਹੋਰਾਂ ਦੀ ਕਿੰਟਰਵਿਊ ਸੁਣ ਰਿਹਾ ਸੀ, ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ। ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਭ ਕੁਛ ਲੈ ਲੈ ਦੱਸ, ਜਿੱਥੇ ਬੰਦਾ ਜੰਮਿਆ ਪਲਿਆ, ਜਿੱਥੇ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ, ਉੱਥੇ ਹੀ ਆਊਗਾ ਉਹ ਤਲਵੰਡੀ ਸਾਹਿਬ। ਉਹ ਆਹ ਹਾਲਾਤ ਨੇ ਇਹਨਾਂ ਇਹਨਾਂ ਅਸਲ 'ਚ ਕੀ ਹੈ ਨਾ, ਹੁਣ ਆਹ ਹਾਲਾਤ ਹੋ ਗਏ। ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ, ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ, ਪਰ ਮੁੱਦੇ ਮੂਹਰੇ ਆਉਂਦੇ ਰਹੇ। ਬੇਅਦਬੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚਹਿਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ। ਹੁਣ ਠੀਕ ਹੈ, ਜੱਜ ਜਾਂ ਤੁਸੀਂ ਸਰਕਾਰਾਂ ਜਾਂ ਵਕੀਲ ਤੁਹਾਡੇ ਨੇ, ਤੁਸੀਂ ਕੇਸ ਆਪਦੇ ਹੱਕ 'ਚ, ਆਪ ਹੀ ਬੰਦਾ ਆਪਦੇ ਵਿਰੁੱਧ ਕਿਵੇਂ ਜਾਂਚ ਕਰਾ ਲੂਗਾ। ਅਸੀਂ ਲੱਗੇ ਹੋਏ ਹਾਂ, ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ 'ਚ ਸਾਨੂੰ ਬਹੁਤ ਕੁਛ ਮਿਲ ਰਿਹਾ ਆਉਣ ਅੱਗੇ ਆਉਣ ਵਾਲੇ ਦਿਨਾਂ 'ਚ, ਕਿਉਂਕਿ ਅਸੀਂ ਵੀ ਵਾਅਦਾ ਕਰਕੇ ਆਏ ਹਾਂ, ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ। ਸੋ ਵੀਰੋ, ਅਤੇ ਪਰਮਾਤਮਾ ਦੇ ਰਿਹਾ ਸਜ਼ਾ ਫਿਰ, ਉਹ ਇਹ ਅਸਲੀ ਮੁੱਦਿਆਂ ਤੋਂ ਭੱਜਦੇ ਰਹੇ। ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਮੀਚਣ ਨੂੰ ਬਿੱਲੀ ਨਹੀਂ ਭੱਜਦੀ, ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਮੀਚ ਲੈਂਦਾ, ਕਬੂਤਰ ਨੂੰ ਦੇਖਣ ਹਟ ਜਾਂਦਾ, ਕਬੂਤਰ ਸੋਚਦਾ ਬਿੱਲੀ ਨੂੰ ਵੀ ਦੇਖਣ ਹਟ ਗਿਆ ਹੋਣਾ ਇੱਦਾਂ ਹੀ, ਪਰ ਬਿੱਲੀ ਗਰਦਨ ਫੜਦੀ ਹੈ ਨਾਲ ਹੀ। ਇਹਨਾਂ ਮੈਂ ਬਿੱਲੀ ਤੋਂ ਯਾਦ ਆ ਗਈ, ਇਹਨਾਂ ਦਾ ਉਹੀ ਹੈ। ਇੱਕ ਘਰੇ ਇੱਕ ਤਾਂ ਬਿੱਲੀ ਆ ਗਈ ਕਿਸੇ ਦੇ, ਉਹ ਦੁੱਧ ਦੱਧ ਜੂਠਾ ਕਰਦਿਆ ਕਰੇ, ਭਾਂਡੇ ਛੱਡਦਿਆ ਕਰੇ, ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ, ਉਹਨੂੰ ਗੁੱਸਾ ਆਇਆ, ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ, ਬਿੱਲੀ ਨੂੰ ਬੋਰੀ 'ਚ ਪਾਇਆ ਦੂਰ ਛੱਡਿਆ। ਲਾਣੇਦਾਰ ਬਾਅਦ 'ਚ ਆਇਆ, ਬਿੱਲੀ ਪਹਿਲਾਂ ਆ ਗਈ ਘਰੇ, ਫਿਰ ਗੁੱਸਾ ਆ ਗਿਆ, ਕਹਿੰਦਾ ਫੇਰ ਆ ਗਈ ਇਹ। ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ, ਬਿੱਲੀ ਬੋਰੀ 'ਚ ਪਾਈ ਹੋਰ ਦੂਰ ਛੱਡਿਆ, ਉਹੀ ਫੇਰ ਗੱਲ ਹੋਈ, ਲਾਣੇਦਾਰ ਆ ਬਾਅਦ 'ਚ ਆਇਆ, ਬਿੱਲੀ ਪਹਿਲਾਂ ਆ ਗਈ ਘਰੇ। ਕਹਿੰਦਾ ਯਾਰ ਮੇਰੇ ਸਫ਼ਰ ਦਾ ਧਿਆਨ ਲੈਂਦੀ ਹੈ ਇਹ,
ਆਪਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ, ਇਹਨੂੰ ਪਾਈ ਬਿੱਲੀ ਬੋਰੀ 'ਚ ਬਹੁਤ ਜ਼ਿਆਦਾ ਦੂਰ ਛੱਡਤੀ। ਘੰਟੇ ਬਾਅਦ ਆਪਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ, ਘਰੇ ਕੀਤਾ ਫੋਨ, ਕਹਿੰਦਾ ਪੁੱਤ ਬਿੱਲੀ ਪਹੁੰਚ ਗਈ। ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਤਾਂ ਅੱਧਾ ਘੰਟਾ ਹੋ ਗਿਆ ਘਰੇ ਆਏ ਨੂੰ। ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ, ਮੈਂ ਘਰ ਭੁੱਲਿਆ ਫਿਰਦਾ। ਆਹ ਹਾਲਤ ਅਕਾਲੀ ਦਲ ਦੀ, ਹੁਣ ਮੁੱਦੇ ਪਹਿਲਾਂ ਘਰੇ ਆ ਜਾਂਦੇ ਸੀ, ਆਪ ਪਿੱਛੇ ਰਹਿੰਦੇ ਸੀ, ਹੁਣ ਮੁੱਦੇ ਤਾਂ ਘਰੇ ਬੈਠੇ, ਆਪ ਘਰ ਭੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ, ਕਿੱਧਰ ਜਾਣਾ, ਕੀ ਕਰਨਾ, ਆਹ ਹਾਲਤ ਇਹਨਾਂ ਦੀ। ਸੋ ਇਸ ਕਰਕੇ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ 'ਚ ਆਉਣਾ, ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਸਵਾਰਥ ਦੇ, ਜਦੋਂ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ, ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ, ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ, ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਖੇ ਸਮੇਂ 'ਤੇ, ਅਤੇ ਤੁਸੀਂ ਡਿੰਪੀ ਦੇ ਨਾਲ ਖੜੇ ਹੋ ਇਸ ਔਖੇ ਮੌਕੇ 'ਤੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦਿੰਦੇ, ਤੁਸੀਂ ਸਾਡੇ ਸਾਰੇ ਸਤਿਕਾਰਯੋਗ ਹੋ, ਤੁਹਾਡਾ ਮਾਣ ਇੱਜ਼ਤ ਦੁੱਗਣਾ ਤਿੱਗਣਾ ਤੁਹਾਨੂੰ ਦੇਵਾਂਗੇ, ਕਿਉਂਕਿ ਤੁਸੀਂ ਇੱਕ ਇਹੋ ਜਿਹੇ ਬੰਦੇ ਨੂੰ ਸਾਡੇ ਕੋਲ ਭੇਜ ਰਹੇ ਹੋ ਜਿਹੜੇ ਕੋਲ ਤਜਰਬਾ ਹੈ ਔਰ ਜਜ਼ਬਾ ਹੈ ਕੰਮ ਕਰਨ ਦਾ, ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ। ਬਾਕੀ ਪਰਮਾਤਮਾ ਨੇ ਸਭ ਕੁਛ ਇਹਨਾਂ ਨੂੰ ਦਿੱਤਾ ਹੋਇਆ, ਇਹ ਕੋਈ ਲਾਲਚ ਵਾਲੇ ਜਾਂ ਕੋਈ ਹੋਰ, ਦੇਖੋ ਪੈਸਾ ਹਰ ਜਗ੍ਹਾ ਨਹੀਂ ਹੁੰਦਾ, ਪੈਸਾ ਹਰ ਜਗ੍ਹਾ ਨਹੀਂ। ਸਾਡੇ ਤਾਂ ਗੁਰੂਆਂ ਨੇ ਸਾਨੂੰ ਦੱਸਿਆ ਕਿ ਗਰੀਬਾਂ ਦੇ ਹੱਕ 'ਚ ਖੜੋ, ਮਜ਼ਲੂਮਾਂ ਦੇ ਹੱਕ 'ਚ ਖੜੋ, ਸਾਨੂੰ ਪ੍ਰੇਰਨਾ ਦਿੱਤੀ ਹੋਈ ਹੈ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰੇ ਹੁੰਦਾ। ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਾ ਮਿੱਤਰਾ, ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗੇ ਜਵਾਬ ਆਇਆ, ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ। ਉਹ ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਸਾਹਿਬ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ, ਫਿਰ ਮਲਕ ਭਾਗੋ ਅਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ, ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਫਿਰ ਉਦਾਸੀਆਂ ਕਰਕੇ ਉਹ ਕੋਹਾਂ ਮੀਲਾਂ ਤੁਰ ਕੇ ਘਰ ਘਰ ਜਾ ਕੇ ਸੱਚ ਦਾ ਹੋਕਾ, ਕਿਰਤ ਕਰਨ ਦਾ ਹੋਕਾ ਕੌਣ ਦਿੰਦਾ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਸੋ ਕਈ ਵਾਰੀ ਇਹੋ ਜਿਹਾ ਪਰਮਾਤਮਾ ਬਲ ਬਖਸ਼ ਦਿੰਦਾ ਤੁਹਾਨੂੰ ਸਮੱਤ, ਕਿ ਤੁਹਾਡਾ ਮਨ ਕਰਦਾ ਯਾਰ ਪੈਸਾ ਤਾਂ ਬਹੁਤ ਥੱਲੇ ਰਹਿ ਗਿਆ, ਜਿਹੜੀ ਚੀਜ਼ ਅਸੀਂ ਆਹ ਖੱਟ ਰਹੇ ਹਾਂ, ਆਹ ਹੁਣ ਹਰ ਰੋਜ਼ ਮੈਨੂੰ ਪਿਆਰ ਮਿਲਦਾ, ਮੇਰੀ ਪੱਗ ਭਰ ਦਿੰਦੇ ਆ ਫੁੱਲਾਂ ਨਾਲ, ਜਦੋਂ ਮੈਂ ਸ਼ਾਮ ਨੂੰ ਜਾਂਦਾ ਸਹੁਰੇ ਪਾਸੇ ਫੁੱਲ ਹੀ ਫੁੱਲ ਹੁੰਦੇ ਆ, ਗੱਡੀ ਕਈ ਵਾਰੀ ਸਾਨੂੰ ਪੈਟਰੋਲ ਪੰਪ 'ਤੇ ਰੋਕਣੀ ਪੈਂਦੀ ਹੈ, ਥੋੜ੍ਹੇ ਜਿਹੇ ਫੁੱਲ ਕੱਢੋ, ਬੈਠਣ ਨੂੰ ਜਗ੍ਹਾ ਨਹੀਂ ਹੈਗੀ, ਇੰਨਾ ਪਿਆਰ ਅੱਜ ਰਾਜਨੀਤਿਕ ਬੰਦਿਆਂ ਨੂੰ। ਇਹ ਕਿ ਪੁਰਾਣੇ ਜਨਮ ਦੇ ਕੋਈ ਪੁੰਨ ਹੈ, ਮੈਂ ਤਾਂ ਇਹ ਕਹਿਣਾ ਹੁੰਦਾ ਭਗਵੰਤ ਮਾਨਾ, ਆਹ ਕੋਈ ਪੁਰਾਣੇ ਜਨਮ ਦਾ ਤੇਰੇ ਕੋਈ ਗਾਂ ਨੂੰ ਪੇੜਾ ਦਿੱਤਾ ਹੋਊਗਾ, ਜਿਹੜਾ ਇੰਨਾ ਕੁਛ ਲੋਕ ਬਖਸ਼ੀ ਜਾਂਦੇ ਆ, ਲੋਕਾਂ ਦਾ ਜਿਹੜਾ ਪਿਆਰ ਹੈ ਇੰਨਾ ਮਿਲੀ ਜਾਂਦਾ। ਨਹੀਂ, ਇੱਥੇ ਹਾਲਤ ਇਹ ਹੈ ਆ ਦੂਜੀਆਂ ਪਾਰਟੀਆਂ ਵਾਲਿਆਂ ਦੀ, ਹੈ ਨਾ, ਕਿ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲੀ ਗਿਣਨੀਆਂ ਪੈਂਦੀਆਂ ਨੇ, ਪੂਰੀ ਇਹਨੇ ਜਾਂ ਲੈ ਗਏ ਇੱਕ ਅੱਧੀ, ਹੈ ਨਾ, ਕਿਉਂਕਿ ਉਹਨਾਂ 'ਤੇ ਯਕੀਨ ਹੀ ਨਹੀਂ ਰਿਹਾ, ਉਹਨਾਂ 'ਤੇ ਯਕੀਨ ਨਹੀਂ ਰਿਹਾ। ਅੱਜ ਦੇ ਜ਼ਮਾਨੇ 'ਚ ਯਕੀਨ ਵਾਲਾ ਲੀਡਰ ਮਿਲ ਜੇ ਉਸ ਇਲਾਕੇ ਤੋਂ, ਮੈਂ ਕਹਿੰਦਾ ਖੁਸ਼ਕਿਸਮਤ ਇਲਾਕਾ ਕੋਈ ਨਹੀਂ ਜੇ ਕੋਈ ਯਕੀਨ ਵਾਲਾ ਲੀਡਰ ਮਿਲ ਜੇ। ਸੋ ਯਕੀਨ ਹੀ ਸਭ ਤੋਂ ਵੱਡੀ ਗੱਲ ਹੈ, ਵਿਸ਼ਵਾਸ। ਅਸੀਂ ਆਉਣ ਸਾਰ ਵਾਅਦਾ ਕੀਤਾ ਸੀ ਬਿਜਲੀ, ਕਹਿੰਦੇ ਐਂ ਕਿਵੇਂ ਹੋ ਜੂਗੀ, ਮੈਂ ਕਰਕੇ ਦਿਖਾਵਾਂਗੇ।
ਫਿਰ ਪੈਸੇ ਕਿੱਥੋਂ ਆਉਣਗੇ? ਮੈਂ ਕਿਹਾ ਉਹ ਵੀ ਦੇਖ ਹੁੰਦਾ ਰਹੇ। 1 ਜੁਲਾਈ ਤੋਂ ਮਾਰਚ ਸਰਕਾਰ ਬਣੀ ਹੈ, 1 ਜੁਲਾਈ ਤੋਂ ਲੈ ਕੇ ਅੱਜ ਤੱਕ ਬਿਜਲੀ ਦਾ ਬਿੱਲ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ, 600 ਯੂਨਿਟਾਂ ਮਾਫ ਨੇ। ਹਾਂਜੀ ਬਿਲਕੁਲ ਬਿਲਕੁਲ, ਦੇਖੋ ਉਹੀ ਗ੍ਰਿਡ ਨੇ, ਉਹੀ ਖੰਭੇ ਨੇ, ਉਹੀ ਤਾਰਾਂ ਨੇ, ਉਹੀ ਟਰਾਂਸਫਾਰਮਰ ਨੇ, ਉਹੀ ਜੈਂਪਰ ਨੇ, ਤੇ ਹੁਣ ਕਿਵੇਂ ਆਉਣ ਲੱਗ ਗਈ ਬਿਜਲੀ? ਨੀਅਤ ਸੱਚੀ ਹੋਵੇ ਨਾ। ਅਸੀਂ ਤਾਂ ਥਰਮਲ ਪਲਾਂਟ ਖਰੀਦ ਲਿਆ, ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ। ਆਮ ਤੌਰ ਤੇ ਸਰਕਾਰਾਂ ਬਣਦੀਆਂ ਨੇ ਤਾਂ ਉਹ ਸਰਕਾਰੀ ਸੰਸਥਾਵਾਂ ਨੂੰ ਘਾਟੇ ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ, ਪਰ ਅਸੀਂ ਉਲਟੀ ਗੰਗਾ ਵਹਾਈ ਹੈ। ਅਸੀਂ ਸਰਕਾਰ ਨੇ, ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਥਰਮਲ ਪਲਾਂਟ ਖਰੀਦੇ ਗੋਇੰਦਵਾਲ ਸਾਹਿਬ ਵਾਲਾ, ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ। ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬਿਤਾਈ, ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਸੋ ਵੀਰੋ ਸਾਡੇ ਕੋਲ ਇਤਿਹਾਸ ਪਿਆ ਇੰਨਾ ਵਧੀਆ, ਸੋ ਆਪਾਂ ਨੂੰ ਕੀ ਲੋੜ ਹੈ ਇੱਧਰ ਉੱਧਰ ਜਾਂ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ? ਕਿਉਂ ਵੀ ਸਾਡੀ ਧਰਤੀ ਇੰਨੀ ਉਪਜਾਊ ਹੈ, ਸਾਡਾ ਜਿਹੜਾ ਕੌਮ ਇੰਨੀ ਮਿਹਨਤੀ ਹੈ, ਹਰ ਕਿਸਮ ਦਾ ਇੱਥੇ ਮੌਸਮ ਹੈ, ਸਾਨੂੰ ਭੱਜਣ ਦੀ ਕੀ ਲੋੜ ਹੈ? ਸਿਸਟਮ ਤੋਂ, ਕਿਉਂਕਿ ਸਾਨੂੰ ਮੂਹਰੇ ਜਿਹੜੇ ਟੱਕਰ ਗਏ ਨਾ, ਅਸੀਂ ਤਾਂ ਉਹਨਾਂ ਦੇ ਹੱਕ 'ਚ ਪੱਖ 'ਚ ਭੁਗਤਦੇ ਰਹੇ ਵੋਟਾਂ ਰਾਹੀਂ, ਉਹ ਕਦੇ ਸਾਡੇ ਪੱਖ 'ਚ ਨਹੀਂ ਭੁਗਤੇ। ਸੋ ਆਹ ਜਿਹੜੀ ਚੀਜ਼ ਹੈ, ਬਾਕੀ ਤੁਸੀਂ ਹੁਣ ਗੱਲਾਂ ਦੱਸੀਆਂ ਜਿਵੇਂ ਖਾਸ ਤੌਰ 'ਤੇ ਸੀਵਰੇਜ ਦੀ, ਹਾਂਜੀ ਸੀਵਰੇਜ ਬੱਡ ਬਖਸ਼ ਦੀ, ਮੈਂ ਅਫਸਰ ਨਾਲ ਗੱਲ ਕੀਤੀ ਹੈ, 15 ਕਰੋੜ 1 ਹੈ, 13 ਕਰੋੜ 1 ਹੈ, 28 ਕਰੋੜ ਰੁਪਏ ਦੇ ਟੈਂਡਰ ਫਲੋਟ ਕਰਤੇ, ਆਉਣ ਵਾਲੇ 10-15 ਦਿਨਾਂ 'ਚ ਟੈਂਡਰ ਖੁੱਲ੍ਹ ਜਾਣਗੇ। ਅਤੇ ਤੁਹਾਡਾ ਸੀਵਰੇਜ ਵਾਲਾ, ਡਿੰਪੀ ਭਾਈ, ਤੁਸੀਂ ਅੱਜ ਪਹਿਲੀ ਵਾਰ ਮੈਨੂੰ ਕੁਛ ਕਿਹਾ, ਅਤੇ ਤੁਹਾਡਾ ਤੁਸੀਂ ਬਸ ਸਿੰਪਲ ਜੀ ਗੱਲ ਹੈ, ਤੁਸੀਂ ਮੈਨੂੰ ਦੱਸਿਆ ਕਰਨਾ, ਮੈਂ ਸਾਈਨ ਕਰਿਆ ਕਰਨੇ ਨੇ, ਜੋ ਤੁਸੀਂ ਚਾਹੁੰਦੇ ਹੋ ਆਪਣੇ ਹਲਕੇ ਲਈ, ਸ਼ਹਿਰ ਦਾ ਆਪਣਾ ਸੀਵਰੇਜ ਦਾ, ਸ਼ਹਿਰ ਦਾ ਸੀਵਰੇਜ ਦੀ ਸਮੱਸਿਆ ਖਤਮ ਕਰਾਂਗੇ। ਨੰਬਰ 2 ਤੇ ਪਿੰਡਾਂ ਦੇ ਛੱਪੜਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ, ਅਸੀਂ ਚਲਾਈਆਂ ਹੋਈਆਂ 2-3 ਸਕੀਮਾਂ, ਇੱਕ ਸੀਚੇਵਾਲ ਮਾਡਲ ਕਹਿੰਦੇ ਆ ਉਹਨੂੰ, 2-3 ਹੋਰ ਅਸੀਂ ਨਵੇਂ ਨਵੇਂ ਅੱਜ ਕੱਲ੍ਹ ਤਕਨੀਕਾਂ ਆ ਗਈਆਂ, ਅਸੀਂ ਉਹਦੇ ਨਾਲ ਕਰ ਰਹੇ ਹਾਂ ਕਿ ਪਿੰਡਾਂ ਨੂੰ ਸ਼ਾਨਦਾਰ ਬਣਾਉਣਾ, ਪਿੰਡਾਂ ਦੇ ਵਿੱਚ ਮਤਲਬ ਕੋਈ ਗੰਦਗੀ ਜਾਂ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਰਹਿਣਾ ਚਾਹੀਦਾ। ਨਾਲੇ ਹੋਰ ਹੈ, ਅਸੀਂ ਇੱਕ ਸ਼ੁਰੂ ਕੀਤੀ ਹੈ ਪਹਿਲ, ਸੰਗਰੂਰ 'ਚ ਅਸੀਂ ਉਹਦਾ ਟੈਸਟ ਕਰਕੇ ਦੇਖਿਆ, ਕਾਮਯਾਬ ਰਿਹਾ। ਸਾਡੇ ਪੰਜਾਬ 'ਚ ਸਾਡੀਆਂ ਮਾਵਾਂ ਭੈਣਾਂ, ਬਹੁਤ ਕਲਾ ਪਈ ਆ ਉਹਨਾਂ ਕੋਲ, ਫੁਲਕਾਰੀਆਂ, ਦਰੀਆਂ, ਕੱਚੀ ਕਾਣੀ ਦਾ ਤੇਲ, ਚੱਪਲਾਂ, ਸਾਬਣਾਂ ਉਹ ਬਣਾਉਂਦੀਆਂ ਨੇ। ਫਿਰ ਅਸੀਂ ਅਕਾਲਗੜ੍ਹ ਪਿੰਡ ਹੈ, ਸੁਨਾਮ ਹਲਕੇ 'ਚ ਪਿੰਡ ਹੈ, ਅਸੀਂ ਉੱਥੇ ਪੰਚਾਇਤ ਘਰ ਦੇ ਵਿੱਚ ਮਸ਼ੀਨਾਂ ਰੱਖਤੀਆਂ ਸਿਉਣ ਵਾਲੀਆਂ 15, ਅਸੀਂ ਕਹਿਤਾ ਵੀ ਜਾਂ ਤਾਂ ਇੱਥੇ ਆ ਕੇ ਸਿਉਂ ਲਓ, ਜੇ ਮਸ਼ੀਨ ਕਿਹੜੇ ਲੈ ਕੇ ਜਾਣੀ ਮਸ਼ੀਨ ਲੈ ਜਾਓ। ਸਰਕਾਰੀ ਸਕੂਲਾਂ ਦੀਆਂ ਵਰਦੀਆਂ ਕੰਪਿਊਟਰ ਰਾਹੀਂ ਉਹਨਾਂ ਦਾ ਜਿਹੜਾ ਨਾਪ ਆ ਜਾਂਦਾ ਬੱਚਿਆਂ ਦਾ, ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉਣ ਲੱਗੀਆਂ। ਫਿਰ ਇਹ ਦੇਖ ਕੇ ਪ੍ਰਾਈਵੇਟ ਸਕੂਲਾਂ ਵਾਲੇ, 25 ਪ੍ਰਾਈਵੇਟ ਸਕੂਲ ਆ ਗਏ, ਉਹਨਾਂ ਨੇ ਵੀ ਵਰਦੀਆਂ ਸਿਵਾਉਣੀਆਂ। ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਇਸ ਵਕਤ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਸਿਵਾ ਰਹੀਆਂ ਨੇ, ਔਰ ਕਿੰਨਾ ਕਿੰਨਾ ਪੈਸਾ ਕਮਾ ਰਹੀਆਂ ਨੇ। ਜਿਹੜਾ ਸਾਡਾ ਸੀਗਾ 100 ਲੇਡੀਜ਼ ਦਾ ਗਰੁੱਪ ਸੀਗਾ, ਤੇ 1.5 ਕਰੋੜ ਰੁਪਇਆ ਪਹਿਲੇ ਸਾਲ, ਯਾਨੀ ਕਿ ਮਤਲਬ 1.5 ਲੱਖ ਰੁਪਇਆ ਕਮਾਇਆ। ਮੈਂ ਚਾਹੁੰਦਾ, ਮੇਰੀ ਜੋ ਇੱਛਾ ਹੈ, ਔਰ ਕੋਈ ਐਡੀ ਵੱਡੀ ਗੱਲ ਨਹੀਂ, ਹੋ ਜੂਗਾ, ਹੋਣ ਲੱਗ ਗਿਆ, ਕਿ ਜਦੋਂ ਕੋਈ ਕਿਸਾਨ ਆਪਦੇ ਖੇਤੋਂ ਘਰੇ ਆਵੇ ਸ਼ਾਮ ਨੂੰ, ਕੋਈ ਮਜ਼ਦੂਰ ਆਪਦਾ ਦਿਹਾੜੀ ਕਰਕੇ ਸ਼ਹਿਰੋਂ ਜਾਂ ਖੇਤੋਂ ਘਰੇ ਆਵੇ,
ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਆਵੇ ਸ਼ਾਮ ਨੂੰ ਤਾਂ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ ਘੱਟੋ ਘੱਟ ਇੱਕ ਦਿਨ ਚ ਘੱਟੋ ਘੱਟ 10,000 ਰੁਪਇਆ ਕਮਾ ਕੇ ਬੈਠੀ ਹੋਵੇ, ਤਾਂ ਕਿ 2-3 ਲੱਖ ਰੁਪਇਆ ਉਹਦਾ ਮਹੀਨੇ ਦਾ ਬਣਿਆ ਹੋਵੇ। ਲੈ ਕਦੇ ਕਬੀਲਦਾਰੀ ਦੀ ਗੱਡੀ ਜਿਹੜੀ ਲੀਹ ਤੋਂ ਲੈ ਨਹੀਂ ਸਕਦੀ, ਠੀਕ ਹੈ ਨਾ। ਚਾਈਨਾ ਚ ਇਹੀ ਹੈ ਜੀ, ਚਾਈਨਾ ਚ ਇਸ ਵਕਤ ਕੋਈ ਬਾਰਬੀ ਡੋਲ ਬਣਾਈ ਜਾਂਦੇ, ਕੋਈ ਮਿੱਕੀ ਮਾਊਸ ਬਣਾਈ ਜਾਂਦੇ, ਕੋਈ ਖਿਡੌਣੇ ਬਣਾਏ ਜਾਂਦੇ। ਪਿੰਡਾਂ ਚ ਲੇਡੀਜ਼ ਕੰਮ ਕਰ ਰਹੀਆਂ, ਉਹ ਸਾਡੀਆਂ ਮਾਵਾਂ ਭੈਣਾਂ ਕੋਲ ਇੰਨੀ ਕਲਾ ਹੈ ਕਿ ਤੁਸੀਂ ਅਸੀਂ ਫਿਰ ਉਹਦਾ ਮਾਟ ਲਾਉਂਦੇ ਹਾਂ, ਮੰਨ ਲਓ ਉਹਦਾ ਮਹੀਨੇ ਚ ਉਹ ਲਾਉਂਦੇ ਹਾਂ ਸੜਕ ਤੇ ਧੂਰੀ ਵਾਲੀ ਰੋਡ ਤੇ। ਮੈਂ ਕਹਿੰਦਾ ਅੱਧਾ ਘੰਟਾ ਜਾਂ ਘੰਟਾ ਨਹੀਂ ਲੱਗਦਾ, ਸਾਰੀਆਂ ਚੀਜ਼ਾਂ ਵਿਕ ਜਾਂਦੀਆਂ ਨੇ। ਲੋਕ ਕਹਿੰਦੇ ਜੀ ਇਹੋ ਜਿਹਾ ਕੁਛ ਤਾਂ ਸਾਨੂੰ ਮਿਲਿਆ ਹੀ ਨਹੀਂ, ਔਰਗੈਨਿਕ ਚੀਜ਼ਾਂ ਨੇ ਨਾਲੇ, ਅਤੇ ਨਾਲੇ ਸਾਡਾ ਰੁਜ਼ਗਾਰ ਆ ਗਿਆ। ਸੋ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ, ਔਰ ਮੈਂ ਇੰਡਸਟਰੀ ਨੂੰ ਵੀ ਇਹੀ ਕਹਿਣਾ, ਇਕੱਲਾ ਲੁਧਿਆਣਾ ਨਾ ਵੇਖਿਆ ਕਰੋ, ਹੈ ਨਾ, ਜਾਂ ਮੋਹਾਲੀ ਇੱਧਰਲੇ ਪਾਸੇ ਆਓ, ਆਪਣੇ ਵਾਲੇ ਪਾਸੇ ਗਿੱਦੜਵਾਈ ਵਾਲੇ ਪਾਸੇ, ਆ ਇੱਧਰ ਆਪਣਾ ਮਲੋਟ ਵਾਲੇ ਪਾਸੇ। ਸੋ ਬਹੁਤ ਸਾਰੇ ਰੁਜ਼ਗਾਰ ਮਿਲ ਰਹੇ, 44,000 ਤੋਂ ਵੱਧ ਮੁੰਡਿਆਂ ਤੋਂ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ। ਤੁਹਾਡੇ ਚੋਂ ਵੀ ਕੋਈ ਨਾ ਕੋਈ ਹੋਊ ਜਿਹਦਾ ਰਿਸ਼ਤੇਦਾਰ ਨੂੰ ਕਿਤੇ ਨੌਕਰੀ ਮਿਲੀ ਹੋਊਗੀ, ਤੇ 1 ਰੁਪਈਆ ਵੀ ਕੋਈ ਸਾਬਤ ਕਰਦੇ, 1 ਰੁਪਈਆ ਗਲੀ ਵਾਲਾ ਪੈਸਾ ਕਹਿੰਦੇ ਨੇ ਜਿਹਨੂੰ ਆਪਾਂ, ਵੀ 1 ਰੁਪਈਆ ਵੀ ਲੱਗ ਗਿਆ ਹੋਵੇ ਤਾਂ ਮੈਂ ਜ਼ਿੰਮੇਦਾਰ ਹਾਂ, ਮੈਨੂੰ ਡੀਵੇਂ ਥਾਣੇ ਬਿਠਾ ਲਿਓ। ਸੋ ਵੀਰੋ ਹੁਣ ਆ ਜੀ ਆਪਾਂ ਨਹਿਰ ਤੇ, ਆਜ਼ਾਦੀ ਤੋਂ ਬਾਅਦ ਕਦੇ ਨਹਿਰ ਨਹੀਂ ਬਣੀ, ਅਸੀਂ ਨਹਿਰੀ ਪਾਣੀ ਕੱਸੀਆਂ ਸੂਈਆਂ ਪੁਰਾਣਿਆਂ ਰਾਹੀਂ ਜਾਂ ਪਾਈਪਾਂ ਦੱਬ ਕੇ ਖੇਤਾਂ 'ਚ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ। ਵੀਰੋ ਨਹਿਰ ਬਾਰੇ ਇਹਨਾਂ ਕੋਲ ਹੋਰ ਤਾਂ ਕੁਛ ਹੈ ਨਹੀਂ, ਗਲਤ ਫਹਿਮੀਆਂ ਕੁਛ ਫੈਲਾ ਰਹੇ ਨੇ। ਮੈਂ ਤੁਹਾਨੂੰ ਦੱਸ ਦਿੰਦਾ, 5,000 ਕਿਊਸਿਕ ਜਾਂਦਾ ਨਹਿਰ ਦੇ ਪਰਲੇ ਪਾਸੇ ਵਾਲੀ, ਜਿਹੜੀ ਆਪਣੀ ਹੈ, ਜਿਹੜੀ ਰਾਜਸਥਾਨ ਵਾਲੀ, ਉਹ ਤਾਂ ਗੱਲ ਨਾ ਕਰੋ, ਉਹ 'ਚੋਂ ਤਾਂ ਆਪਾਂ ਕੁਛ ਕੱਢ ਵੀ ਨਹੀਂ ਸਕਦੇ ਤੁਪਕਾ ਵੀ। ਜਿਹੜੀ ਇੱਧਰ ਬਣਾਵਾਂਗੇ ਉਹ 2500 ਕਿਊਸਿਕ ਪਾਣੀ ਹੈ, ਔਰ ਇੱਧਰ ਵੀ ਪੱਖੇ ਲਾਵਾਂਗੇ, ਔਰ ਜੇ ਅੱਜ ਉੱਧਰਲੇ ਪੱਖਿਆਂ ਨਾਲ ਪਰਲੇ ਪਾਸੋਂ ਜਿਹੜਾ ਜੇ 8-9 ਕਿਲੋਮੀਟਰ ਤੱਕ ਉੱਚੇ ਖੇਤਾਂ ਤੱਕ ਪਹੁੰਚਦਾ, ਤਾਂ ਜਦੋਂ ਇੱਧਰ ਬਣ ਗਈ ਤਾਂ ਪੱਖੇ ਵੀ ਹੁਣ ਤਾਂ ਲੇਟੈਸਟ ਮਾਡਲਾਂ ਦੇ ਆ ਗਏ, ਇੱਧਰ ਬਣ ਗਈ ਤਾਂ 2-4 ਕਿਲੋਮੀਟਰ ਵੱਧ ਜਗ੍ਹਾ 'ਤੇ ਪਹੁੰਚੂਗਾ, ਘੱਟ ਨਹੀਂ ਸਕਦਾ ਕਿ ਸਾਡੇ ਖੇਤਾਂ 'ਚ ਪਾਣੀ ਸ਼ਾਇਦ ਨਹੀਂ ਪਹੁੰਚਿਆ। ਗਲਤ ਫਹਿਮੀ ਚੜਾ ਕਰੋ, ਬਾਕੀ ਮੈਨੂੰ ਸਲਾਹ ਤੁਸੀਂ ਦੇਣੀ ਹੈ, ਮੈਂ ਤਾਂ ਲੋਕਾਂ ਤੋਂ ਸਲਾਹ ਲੈਣਾ, ਕਿਉਂਕਿ ਜਿੱਥੇ ਸਮੱਸਿਆ ਉੱਥੇ ਹੱਲ ਹੈ, ਜਿੱਥੇ ਸਮੱਸਿਆ ਉੱਥੇ ਹੱਲ ਹੈ। ਬਹਿ ਜਾਂਗੇ, ਕੋਈ ਹੋਰ ਕਮੀ ਹੋਵੇ ਜਾਂ ਕੁਛ ਕਰਨਾ, ਮੋਗੇ ਘਟਾਉਣੇ ਨੇ ਵਧਾਉਣੇ ਨੇ, ਤੁਹਾਡੇ ਨਾਲ ਸਹਿਮਤ ਹੋਵਾਂਗੇ, ਠੀਕ ਹੈ ਨਾ। ਹਜੇ ਤਾਂ ਐਕੁਜੀਸ਼ਨ ਦਾ ਚੱਲੂਗਾ, ਜਿਵੇਂ ਤੁਸੀਂ ਕਹੋਗੇ। ਮੇਰਾ ਮਕਸਦ ਇਹ ਹੈ ਕਿ ਕੋਈ ਖੇਤ ਜਾਂ ਕੰਨੀ ਵਾਲਾ ਕਿਆਰਾ ਵੀ ਨਾ ਉਹ ਬਿਨਾਂ ਪਾਣੀ ਤੋਂ ਰਹਿਣਾ ਨਹੀਂ ਚਾਹੀਦਾ ਕਿਸੇ ਨਾਲ, ਵੀ ਨਾਲ ਦਿਆਂ ਦੇ ਖੇਤ ਤਾਂ ਆਉਂਦਾ, ਸਾਡੇ ਆਉਂਦਾ ਨਹੀਂ। ਜੇ ਪੱਖੇ ਹੋਰ ਵਧਾਉਣੇ ਪੈ ਗਏ ਵਧਾ ਲਾਂਗੇ, ਪਰ ਨਹਿਰੀ ਪਾਣੀ ਜਦੋਂ ਹੁਣ ਆਪਾਂ ਵਰਤਣ ਲੱਗ ਗਏ ਨਾ, ਤੁਹਾਡੇ ਪਿੰਡਾਂ 'ਚ ਵੀ ਆਇਆ ਹੋਣਾ, ਮੇਰੇ ਕੋਲ ਵੀਡੀਓ ਆਉਂਦੀਆਂ ਨੇ, 35 ਸਾਲ ਬਾਅਦ ਪਾਣੀ ਆ ਗਿਆ ਜੀ, 40 ਸਾਲ ਬਾਅਦ ਪਾਣੀ ਆ ਗਿਆ। ਨਹਿਰੀ ਪਾਣੀ ਦਾ ਕੀ ਫਾਇਦਾ ਹੈ? ਇੱਕ ਤਾਂ ਮਿਨਰਲ ਹੈ, ਉਹ 'ਚ ਤੱਤ ਨੇ, ਨਾਲ ਮਿੱਟੀ ਵੀ ਆਉਂਦੀ ਹੈ, ਉਪਜਾਊ ਸ਼ਕਤੀ ਵੱਧਦੀ ਹੈ। ਦੂਜਾ, ਧਰਤੀ ਦਾ ਪਾਣੀ ਬਚਾ ਲਾਂਗੇ, 600-700 ਫੁੱਟ 'ਤੇ ਚਲਾ ਗਿਆ, ਡਾਰਕ ਜ਼ੋਨ 'ਚ ਚਲਾ ਗਿਆ ਪੰਜਾਬ, ਅਤੇ ਧਰਤੀ ਦਾ ਪਾਣੀ ਗੁਰੂ ਸਾਹਿਬ ਨੇ ਬਹੁਤ ਸੈਂਕੜੇ ਸਾਲ ਪਹਿਲਾਂ ਲਿਖਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਆਪਾਂ ਨੇ ਪਵਨ ਹਵਾ, ਹਵਾ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਾ ਦਰਜਾ, ਧਰਤੀ ਨੂੰ ਮਾਤਾ ਦਾ ਦਰਜਾ, ਇਹ ਦਰਜੇ ਬਚਾਉਣੇ ਹੈ। ਸੋ ਹੁਣ ਪਰਾਲੀ ਤੋਂ ਬਿਜਲੀ ਬਣਾਉਣ ਦੇ, ਮੈਂ ਅੱਜ ਹੀ ਮੀਟਿੰਗ ਕਰਕੇ ਆਇਆ, ਪਰਾਲੀ ਤੋਂ ਬਿਜਲੀ ਬਣਾਉਣ ਦੀਆਂ ਕੰਪਨੀਆਂ ਆ ਰਹੀਆਂ ਨੇ, ਉਹਦੇ ਨਾਲ ਕੀ ਹੋਣਾ? ਤੁਹਾਡੀ ਪਰਾਲੀ ਵਿਕਿਆ ਕਰੂਗੀ, ਨਾਲੇ ਚੱਕ ਕੇ ਵੀ ਆਪ ਹੀ ਲੈ ਕੇ ਜਾਇਆ ਕਰਨਗੇ, ਤੇ ਨਾਲੇ ਧੂੰਏ ਤੋਂ ਬਚਾਂਗੇ। ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ ਇੱਦਾਂ ਦੇ। ਉਹ ਇੱਕ ਕੰਪਨੀ ਆਈ ਆ, ਉਹ ਕਹਿੰਦੇ ਅਸੀਂ 15 ਲੱਖ ਏਕੜ ਦੀ ਪਰਾਲੀ ਚੱਕ ਲਾਂਗੇ, ਯਾਨੀ ਕਿ ਸਾਰਾ ਹੀ ਮਾਲਵਾ ਹੋ ਗਿਆ।
ਠੀਕ ਹੈ ਨਾ, ਉਹ ਕਹਿੰਦੇ ਆਪੇ ਲਾਵਾਂਗੇ ਜ਼ਮੀਨ, ਅਸੀਂ ਆਪੇ ਖਰੀਦਾਂਗੇ, ਬਸ ਇਹ ਵੀ ਸਾਨੂੰ ਬਿਜਲੀ ਬੋਰਡ ਸਾਡੇ ਨਾਲ ਸਮਝੌਤਾ ਕਰ ਲਏ ਕਿ ਸਾਡੀ ਬਿਜਲੀ ਖਰੀਦ ਲਏ। ਮੈਂ ਕਿਹਾ ਜੀ ਠੀਕ ਹੈ ਕੋਈ ਨਹੀਂ, ਮੈਂ ਬਿਜਲੀ ਬੋਰਡ ਦੀ ਮਹਿਕਮੇ ਡਿਊਟੀ ਲਾਈ ਹੈ, ਮੈਨੂੰ ਬਣਾ ਕੇ ਦਿਓ ਸਾਰਾ। ਬਈ ਇਹ ਕੰਮ ਕਰਨਾ ਹੋਵੇ ਤਾਂ ਇੱਛਾ ਸ਼ਕਤੀ ਚਾਹੀਦੀ ਹੈ, ਨਹੀਂ ਤਾਂ ਫਿਰ ਆਪਦੀ ਚੀਜ਼ੇ ਆਪਣੀ ਪੁੱਤ ਆਪਣੀ ਭਤੀਜੇ, ਇਹ ਤਾਂ ਫਿਰ ਕੀ ਚੱਲੂਗਾ, ਫਿਰ ਚੱਲੀ ਗਿਆ ਪਹਿਲਾਂ, ਫਿਰ ਫਰਕ ਕੀ ਰਹਿ ਗਿਆ। ਸੋ ਇਸ ਕਰਕੇ ਗਿੱਦੜਬਾਜ ਵਾਲਿਓ, ਮੈਂ ਤਾਂ ਤੁਹਾਡਾ ਵੈਸੇ ਵੀ ਬਹੁਤ ਰਿਣੀ ਆ ਕਿ ਜਦੋਂ ਵੀ ਪਿਆਰ ਮਿਲਿਆ ਗਿੱਦੜਬਾਜ ਵਾਲੇ ਪਾਸਿਓ, ਜਿੰਨਾ ਮਰਜ਼ੀ ਹਰ ਚਾਹੇ ਵੋਟਾਂ ਵਾਲੇ ਪਾਸਿਓ ਵੀ, ਚਾਹੇ ਜਿਹੜੇ ਮਰਜ਼ੀ, ਜੋ ਤੁਹਾਡਾ ਫਤਵਾ ਉਹ ਸਿਰ ਮੱਥੇ ਹੋਊਗਾ। ਬਾਕੀ ਡਿੰਪੀ ਜੀ ਨੇ ਅੱਜ ਪਰਿਵਾਰ ਸਮੇਤ, ਆਪਣਾ ਵੱਡਾ ਪਰਿਵਾਰ ਹੈ, ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰ ਸਮੇਤ ਪਾਰਟੀ ਜੁਆਇਨ ਕੀਤੀ ਹੈ, ਔਰ ਮੈਂ ਇਹ ਕਹਿਣਾ ਚਾਹੁੰਦਾ ਡਿੰਪੀ ਜੀ ਪਾਰਟੀ 'ਚ ਤੁਸੀਂ ਆ ਚੁੱਕੇ ਹੋ, ਅਗਲੀਆਂ ਵੱਡੀਆਂ ਜ਼ਿੰਮੇਵਾਰੀਆਂ ਵਾਸਤੇ ਤਿਆਰ ਰਹੋ ਅਤੇ ਨਕਸ਼ੇ ਬਣਾ ਲਓ ਕਿ ਕਰਨਾ ਕੀ ਹੈ, ਕਿਉਂਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ। ਸੋ ਨਕਸ਼ੇ ਬਣਾ ਕੇ ਰੱਖ ਲਓ, ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਤੁਹਾਡੀ ਉਡੀਕ ਕਰ ਰਹੀਆਂ ਨੇ। ਜਿਹੜਾ 38 ਸਾਲ ਦਾ ਭੰਗ ਹੈ ਨਾ, ਉਹ ਕੱਢ ਦਾਂਗੇ, ਟਾਈਮ ਵੱਧ ਲਾ ਲਾਂਗੇ, ਓਵਰ ਟਾਈਮ ਲਾ ਲਿਆ ਕਰਾਂਗੇ, ਹੈ ਨਾ, ਓਵਰ ਟਾਈਮ ਲਾ ਲਿਆ ਕਰਾਂਗੇ। ਸੋ ਇਸ ਕਰਕੇ ਮੈਂ ਤੁਹਾਡੇ ਨਾਲ, ਕਿਉਂਕਿ ਆਪਾਂ ਮਾਲਵੇ ਵਾਲੇ ਹਾਂ, ਹੱਸਣ ਖੇਡਣ ਵਾਲੇ ਲੋਕ ਹਾਂ ਆਪਾਂ ਤਾਂ, ਸੋ ਮੈਂ ਤਾਂ ਇਹੀ ਅਰਦਾਸ ਕਰਦਾ ਉਹਨਾਂ ਦਿਨੇ, ਦੋ ਵਾਰੀ ਅਰਦਾਸ ਕਰਦਾ ਦੋਨੇ ਵਕਤ, ਕਿ ਪਰਮਾਤਮਾ ਜਿੰਨੀ ਕੁ ਇੱਜ਼ਤ ਬਖਸ਼ਤੀ, ਉਦੋਂ ਭਾਵੇਂ ਵਧਾਈ ਨਾ ਪਰ ਘਟਾਈ ਬਿਨਾ ਇੰਨਾ ਕੁ ਬਣੀ ਰਹਿਣਗੇ। ਲੋਕਾਂ 'ਚ ਜਾਂਦੇ ਹਾਂ, ਕੋਈ ਕਿਸੇ ਕੋਲੋਂ ਕਾਣੇ ਨਾ ਹੋਈਏ, ਕਿਸੇ ਕੋਲੋਂ ਲੋਕਾਂ ਤੋਂ ਮੂੰਹ ਨਾ ਲੁਕਾਉਣਾ ਪਵੇ, ਇਹੋ ਜਿਹੇ ਕੰਮ ਨਾ ਕਰਾਈ, ਇਹੋ ਜਿਹੀਆਂ ਫਾਈਲਾਂ ਸਾਈਨ ਨਾ ਕਰਾਈ ਪਰਮਾਤਮਾ, ਜਿਹਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਹੋਵੇ, ਕਿਸੇ ਘਰ ਦਾ ਦੀਵਾ ਬੁਝਦਾ ਹੋਵੇ। ਹਾਂ, ਕਿਸੇ ਘਰ 'ਚ ਖੁਸ਼ੀਆਂ ਆਉਂਦੀਆਂ ਹੋਣ, ਕਿਸੇ ਘਰ 'ਚ ਰੋਜ਼ਗਾਰ ਦਾ ਦੀਵਾ ਜਗਦਾ ਹੋਵੇ, ਇਹੋ ਜਿਹੀਆਂ ਫਾਈਲਾਂ ਮੈਂ ਇੱਥੋਂ ਸਾਈਨ ਕਰਾ ਲਈ, ਕਿਉਂਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ, ਮੈਂ ਕਿਹੜਾ ਕੋਈ ਘਰੋਂ ਦਿੰਦਾ ਜੀ ਮਸ਼ੀਨ ਲੱਗੀ ਹੈ ਕੋਈ। ਸੋ ਇਸ ਕਰਕੇ ਤੁਹਾਡਾ ਸਾਥ ਜਿਸ ਕਿਸਮ ਦਾ, ਇੱਦਾਂ ਮੈਨੂੰ ਤਾਂ ਲੱਗਦਾ ਹੁਣ ਫਿਰ ਵੋਟਾਂ ਵੋਟਾਂ ਦਾ ਮਿਲਦਾ, ਕੀ ਲੋੜ ਪਊਗੀ ਹੁਣ। ਹਾਂਜੀ ਹਾਂਜੀ, ਨਾਲ ਹੈ। ਸੋ ਮੈਨੂੰ ਲੱਗਦਾ ਨੀ, ਮੈਂ ਜੋ ਆਉਂਦਾ ਜਦੋਂ ਇੱਥੇ ਹੈਲੀਕਾਪਟਰ ਉੱਤਰਿਆ, ਉੱਥੋਂ ਲੈ ਕੇ ਇੱਥੇ ਤੱਕ ਸਾਰੇ ਦੁਕਾਨਾਂ 'ਚੋਂ ਬਾਹਰ ਨਿਕਲ ਕੇ, ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ, ਇੱਦਾਂ ਕਰਕੇ ਪਿਆਰ ਦੇਣ। ਮੈਂ ਰਾਜਵੀਰ ਨੂੰ ਕਿਹਾ, ਮੈਂ ਕਿਹਾ ਇੱਥੇ ਤਾਂ ਮੈਨੂੰ ਲੱਗਦਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਪੈਣੀ, ਇਹ ਤਾਂ ਕੰਮ ਫਿਰ ਇਹੀ ਨਿਬੜ ਗਿਆ, ਹੈਂ। ਸੋ ਇਸ ਕਰਕੇ ਹੁਣ ਆਪ ਭੱਜਦੇ ਫਿਰਦੇ ਨੇ, ਜਦੋਂ ਹਿੰਮਤ ਹੁੰਦੀ ਨਾ, ਫਿਰ ਜਦੋਂ ਡਿੰਪੀ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਆਪ ਲੜ ਲਓ, ਮੈਂ ਤੁਹਾਡੇ ਨਾਲ ਖੜੂੰ, ਜਾਂ ਫਿਰ ਮੈਨੂੰ ਲੜੋ, ਤੇ ਹੁਣ ਨਾ ਡਿੰਪੀ ਰਹੇ ਨਾ ਆਪ ਲੜੂ, ਆਪ ਕਿਤੇ ਲੜ ਲੂ, ਆ ਜਾਓ, ਮੈਂ ਤਾਂ ਭਾਲਦਾ ਫਿਰਦਾ, ਮੈਂ ਤਾਂ ਪਾਰਲੀਮੈਂਟ 'ਚ ਵੀ ਮੇਰੇ ਪੇਚਾ ਉੱਥੇ ਹੀ ਪੈਂਦਾ ਸੀ, ਮੈਂ ਤਾਂ ਰੋਜ਼ ਲੜਦਾ ਸੀ ਨਾ ਵੀ ਤੁਸੀਂ ਖਾ ਕੇ ਲੁੱਟ ਕੇ, ਤੁਸੀਂ ਸਾਡੀ ਜਵਾਨੀ ਬਰਬਾਦ ਕਰਤੀ, ਤੁਸੀਂ ਸਾਡਾ ਬੁਢਾਪਾ ਖਾ ਗਏ, ਸਾਡੇ ਬਚਪਨ ਖਾ ਗਏ, ਆਓ। ਉਹ ਨਹੀਂ ਆਉਂਦੇ ਜੀ, ਉਹ ਨਹੀਂ ਆਉਂਦੇ ਜੀ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਉਹ ਜ਼ਮਾਨੇ ਨਹੀਂ ਰਹੇ ਜਦੋਂ ਇੱਕ ਲਾਣੇਦਾਰ ਦੇ ਕਹਿਣ ਤੇ 25 ਘਰ ਦੀਆਂ ਵੋਟਾਂ ਪੰਥ ਨੂੰ, ਹੁਣ ਨਹੀਂ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਪੰਥ ਵਾਲੀ ਹੈ ਨਹੀਂ, ਇਹਨਾਂ ਨੂੰ ਕੁਛ ਪਤਾ ਹੀ ਨਹੀਂ। ਸੋ ਇਸ ਕਰਕੇ ਮੈਂ ਕਹਿਣਾ ਗਿੱਦੜਬਾਜ ਵਾਲਿਓ, ਇਕੱਲੇ ਇਕੱਲੇ ਪਿੰਡ ਦਾ ਮੈਂ ਨਕਸ਼ਾ ਜਾਣਦਾ, ਔਰ ਤੁਸੀਂ ਜੋ ਜਿਵੇਂ ਡਿੰਪੀ ਹੋਰਾਂ ਤੋਂ ਮਿਲਦੇ ਰਹਿੰਦੇ ਹੋ, ਕੋਈ ਕਿਸੇ ਪਿੰਡ ਦੀ ਕੋਈ ਪ੍ਰੋਬਲਮ, ਕਿਸੇ ਕਿਸਮ ਦੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ, ਕੋਈ ਪੁਰਾਣੇ ਨੂੰ ਠੀਕ ਕਰਨਾ, ਤਾਂ ਜਿਹੜੇ ਇਹਨਾਂ ਨੂੰ ਡਿੰਪੀ ਹੋਰਾਂ ਨਾਲ ਸਲਾਹ ਕਰ ਲਓ, ਇਹ ਮੈਨੂੰ ਦੱਸ ਦੇਣਗੇ, ਨਾਲ ਦੀ ਨਾਲ ਤੁਹਾਡਾ
ਕਿਹੜਾ ਕੰਮ ਹੈ, ਕਿਉਂਕਿ ਮੈਂ ਅੱਜ ਇੰਨਾ ਖੁਸ਼ ਹਾਂ ਕਿ ਬਹੁਤ ਘੱਟ ਮੌਕੇ ਮਿਲਦੇ ਆ ਜਦੋਂ ਤੁਸੀਂ ਤੁਹਾਨੂੰ ਪਾਰਟੀ ਦੇ ਵਿੱਚ ਹੀਰੇ ਜਿਹੜੇ ਹੀਰੇ ਨੇ ਉਹ ਮਿਲਦੇ ਹੋਣ ਤੁਹਾਨੂੰ ਜੀ ਤਾਜ ਚ ਰੱਖਣ। ਇਸ ਹੀਰੇ ਨੂੰ ਅਸੀਂ ਆਪਣੇ ਆਪਣੇ ਤਾਜ ਦੇ ਵਿੱਚ ਜੜ ਕੇ ਰੱਖਾਂਗੇ, ਕਿਉਂ ਇਹ ਹੀਰੇ ਦੀ ਚਮਕ ਜਿਹੜੀ ਹੈ ਫਿੱਕੀ ਨਹੀਂ ਪੈਣ ਦੇਣੀ, ਕਿਉਂਕਿ ਜਦੋਂ ਕੋਈ ਬੰਦਾ ਇੰਨਾ, ਹਾਲਾਂਕਿ ਤਾਂ ਕਹਿੰਦੇ ਮੈਂ ਤਾਂ ਛੱਡਣ ਚੱਲਿਆ ਸੀ ਬਾਈ, ਮੈਂ ਕਿਹਾ ਛੱਡਣਾ ਕਿਉਂ ਯਾਰ, ਕਹਿੰਦੇ ਮੈਂ ਰਾਜਨੀਤੀ ਤੋਂ ਤੰਗ ਆ ਗਿਆ, ਮੈਂ ਕਿਹਾ ਇੱਕ ਵਾਰੀ ਯਕੀਨ ਕਰਕੇ ਦੇਖ, ਮੈਂ ਕਿਹਾ ਬਟੂਆ ਜਿੱਥੇ ਗੁਆਚਿਆ ਹੋਵੇ ਉੱਥੇ ਉੱਥੇ ਆਉਂਦਾ ਹੁੰਦਾ, ਠੀਕ ਹੈ ਨਾ। ਹੁਣ ਬਟੂਆ ਨਕੋਦਰ ਗੁਆਚ ਗਿਆ, ਪਹਾੜੀ ਜਾਈਏ ਇੱਥੇ ਤਾਂ ਆਪਾਂ ਮਲੋਟ, ਤੇ ਮੈਂ ਕਿਹਾ ਵੀ ਕੋਈ ਗੱਲ ਨੀ, ਜੇ 38 ਸਾਲ ਲੱਗ ਗਏ, ਪਰਮਾਤਮਾ ਨੇ ਮੌਕਾ ਦਿੱਤਾ 38 ਸਾਲ ਤੈਨੂੰ ਲੱਗਿਆ ਵੀ ਨਹੀਂ ਪ੍ਰੋਪਰ ਲੱਗੇ, ਉਹੀ 38 ਸਾਲ ਕਈ ਵਾਰੀ ਪਰਮਾਤਮਾ 2 ਸਾਲ ਚ ਵੀ ਪੂਰੇ ਕਰ ਦਿੰਦਾ ਹੈ, ਉਹੀ 38 ਸਾਲ 10 ਸਾਲ ਚ ਵੀ ਪੂਰੇ। ਸੋ ਪਬਲਿਕ ਹੈ, ਲੋਕ ਹੈ, ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ, ਹੋਰ ਤੁਹਾਡੇ ਕੋਲ ਸਭ ਤੋਂ ਵੱਡੀ ਪ੍ਰੋਪਰਟੀ ਇਹੀ ਹੈ, ਔਰ ਇਹਨਾਂ ਦੀ ਪਿਆਰ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈਗੀ, ਕੋਈ ਕੀਮਤ ਨਹੀਂ ਇਸ ਪਿਆਰ ਦੀ, ਮੈਨੂੰ ਤਾਂ ਪਤਾ। ਸੋ ਇਸ ਕਰਕੇ ਜਿਨ ਜਿੱਥੇ ਜਾਂਦੇ ਹਾਂ ਲੋਕ ਇਹੀ ਕਹਿੰਦੇ ਆ ਬਾਈ ਲੱਗੇ ਰਹੋ ਬਾਈ ਜੀ ਤੁਹਾਡੇ ਨਾਲ ਆ, ਬਾਕੀ ਇਹਨਾਂ ਦੇ ਮਗਰ ਨਾ ਲੱਗਿਆ ਕਰੋ, ਉਹਦਾ ਕੁਛ ਵੀ ਬੋਲੀ, ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਤੜਕੀ ਉੱਠ ਕੇ, ਦੱਸੋ ਮੈਂ ਤੁਹਾਡਾ ਕੀ ਵਿਗਾੜਤਾ ਬਈ, ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ, ਰਾਜਾ ਬੁੜੰਗ ਹੋ ਗਿਆ, ਦੂਜਾ ਬਾਜਵਾ ਹੋ ਗਿਆ, ਪਤਾ ਨੀ ਕੀ, ਮੈਥੋਂ ਮੈਂ ਕੋਈ ਮੈਂ ਕੀ ਮਾੜਾ ਕਰਤਾ ਪੰਜਾਬ ਦਾ, ਨਾ ਜੀ। ਬਸ ਉਹਨਾਂ ਨੂੰ ਇਹ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ, ਆਮ ਘਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਕਿਉਂ ਬਣ ਗਏ, ਇੱਥੇ ਤਾਂ ਸਾਡੇ ਧੀਆਂ ਪੁੱਤਾਂ ਨੇ ਬਹਿਣਾ ਸੀ, ਹੁਣ ਉਹ ਜ਼ਮਾਨਾ ਲੰਘ ਗਿਆ, ਵੀ ਇਹਨਾਂ ਦੇ ਹੀ ਆਉਣਗੇ ਜਾਂ ਇਹੀ ਆਉਣਗੇ, ਹੁਣ ਤਾਂ ਲੋਕਾਂ ਦਾ ਰਾਜ ਹੈ, ਲੋਕਾਂ ਦੀ ਵਾਰੀ ਹੈ। ਸੋ ਇਸ ਕਰਕੇ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਸਨੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ, ਕੋਈ ਛੱਤਿਆਣੇ ਤੋਂ ਹੈ, ਕੋਈ ਭਲਾਈ ਵਾਲੇ ਤੋਂ ਹੈ, ਕੋਈ ਕੋਟ ਭਾਈ ਤੋਂ ਹੈ, ਕੋਈ ਗੋੜੀ ਸੰਗਰ ਤੋਂ ਹੈ, ਕੋਈ ਮੱਲਣ ਤੋਂ ਹੈ, ਸਾਰਿਆਂ ਨੂੰ ਜਾਣਦਾ, ਕੋਈ ਦਿਉਣ ਤੋਂ ਵੀ ਹੈਗੇ ਹੈ, ਪੀਸੀ ਵਾਲੇ ਦੇ ਵੀ ਆਏ ਹੋਣੇ, ਆ ਫੱਕਰ ਸਰ ਨਾਲ ਹੀ ਹੈ। ਸੋ ਮੈਂ ਲੈ ਕਰੋ ਸ਼ਰਤ ਲਓ, ਸੁਖਬੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਦਿਖਾ ਦੇ ਲਗਾਤਾਰ, ਉਹ ਕਹੂਗਾ ਇੱਕ ਤਾਂ ਗਿੱਦੜਬਾਹਾ, 9 ਹੋਰ, ਕਦੇ ਗਈ ਨੀ, ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗੇ, ਪਹਾੜਾਂ ਵਾਲੇ ਸਕੂਲਾਂ ਚ ਪੜ੍ਹੀ ਗਏ ਨੇ, ਤੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨੀ ਵੀ ਕੀ ਹੁੰਦਾ। ਹੁਣ ਦੱਸੋ ਹਰਸਿਮਰਤ ਕੌਰ ਜੀ ਚਲੇ ਗਏ ਉੱਥੇ ਝੁਨੀਰ, ਪਿਛਲੇ ਟਰਮ ਦੀ ਗੱਲ ਹੈ, ਪਾਣੀ ਆ ਗਿਆ ਸੀ ਤਾਂ ਫਸਲਾਂ ਮਰ ਗਈਆਂ ਤੇ ਮੁਆਵਜ਼ਾ ਦੇਣ ਚਲੇ ਗਏ। ਇੱਕ ਕਿਸਾਨ ਕਹਿੰਦਾ ਜੀ ਵੀ ਬਾਈ 2 ਕਿੱਲੇ ਹਰੀਆਂ ਮਿਰਚਾਂ ਮਰ ਗਈਆਂ ਜੀ, ਮੁਆਵਜ਼ਾ ਦਿਓ। ਉਹਨੇ ਕਿਹਾ ਨਾਲ ਜਥੇਦਾਰ ਖੜਾ ਹੋਣਾ ਕੋਈ ਕਿ ਹਰੀਆਂ ਮਿਰਚਾਂ ਦਾ ਕੀ ਭਾਅ ਹੈ, ਉਹ ਕਹਿੰਦਾ ਹਰੀਆਂ ਵਿਕ ਜਾਂਦੀਆਂ ਜੀ 2600 ਰੁਪਏ ਕੁਇੰਟਲ, ਲਾਲ ਵਿਕ ਜਾਂਦੀਆਂ 5500 ਰੁਪਏ। ਕਹਿੰਦੀ ਫਿਰ ਤੁਸੀਂ ਕਮਲੇ ਹੋ, ਤੂੰ ਹਰੀਆਂ ਕੋਈ ਬੀਜ ਦਿਓ, ਸਿੱਧੀਆਂ ਲਾਲ ਹੀ ਬੀਜਿਆ ਕਰੋ। ਉਹਨੂੰ ਕਿਵੇਂ ਦੱਸੀਏ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ, ਉਹ ਛੱਤ ਤੇ ਸੁਕਾਉਣੀਆਂ ਪੈਂਦੀਆਂ ਨੇ, ਉਹ ਨਾ ਪਤਾ ਹੀ ਕੱਖਰੀ, ਪਤਾ ਹੀ ਕੱਖਰੀ। ਤੁਸੀਂ ਐਂ ਕਰੋ, ਆਪਾਂ ਜਦੋਂ ਨਰਮਾ ਚੁੱਕ ਲੈਂਦੇ ਹਾਂ 3-4 ਵਾਰੀਆਂ ਚੁੱਕ ਕੇ, ਫਿਰ ਆਪਾਂ ਟੀਂਡੇ ਤੋੜ ਲੈਂਦੇ ਹਾਂ, ਟੀਂਡੇ ਲਿਆ ਕੇ ਛਾਤੇ ਧਰ ਦਿੰਦੇ ਹਾਂ, ਉਹ ਧੁੱਪ ਨਾਲ ਖਿੜ ਜਾਂਦੇ ਨੇ। ਲੈ ਕਰਿਓ, ਦੱਸਿਓ ਨਾ ਇਹਨਾਂ ਨੂੰ, ਕੈਪਟਨ ਮਨਿੰਦਰ ਨੂੰ ਨਾਲ ਲੈ ਲਓ, ਮਜੀਠੀ ਨੂੰ ਲੈ ਲਓ, ਇਹਨੂੰ ਲੈ ਲਓ, ਰਾਜੇ ਬੜਿੰਗੋਲਾ ਨੂੰ, ਇਹਨੂੰ ਆਪਣਾ ਸੁਖਬੀਰ ਬਾਦਲ ਨੂੰ, ਅਤੇ ਮਹਾਰਾਣੀ ਪਰਨੀਤ ਕੌਰ ਨੂੰ, ਸਾਰਿਆਂ ਨੂੰ ਲੈ ਲਓ, ਅਤੇ ਕੋਠੇ 'ਤੇ ਛੱਤ 'ਤੇ ਲੈ ਜਾਓ ਇਹਨਾਂ ਨੂੰ, ਦੱਸਿਓ ਨਾ, ਅਤੇ ਉਹਨਾਂ ਨੂੰ ਪੁੱਛੋ ਵੀ ਇਹ ਕੀ ਹੈ, ਉਹ ਕਹਿਣਗੇ ਵਾਓ ਪੰਜਾਬ ਦੀਆਂ ਛੱਤਾਂ ਨੂੰ ਬਹੁਤ ਬਜਾਊ ਨੇ। ਲੈ ਉਹਨਾਂ ਨੂੰ ਕੀ ਦੱਸੀਏ, ਖੇਤੋਂ ਤੋੜ ਕੇ ਲਿਆਉਂਦੇ ਨੇ, ਛੱਤਾਂ 'ਤੇ ਨਹੀਂ ਹੋਏ, ਆਹ ਪੰਗਾ ਇਹਨਾਂ ਦਾ, ਆਹੀ ਆਪਣਾ ਫਰਕ ਹੈ ਵੀ ਤੁਹਾਨੂੰ ਇਹ ਲੱਗਦਾ ਆਪਣੇ ਵਰਗੇ ਹੀ ਹੈ, ਮੈਂ ਹੈਗਾ ਵੀ ਤੁਹਾਡੇ ਵਰਗੇ ਹੀ ਹਾਂ,
ਉਵੇਂ ਜਿਵੇਂ ਰਹਿੰਦੇ ਹਾਂ, ਕੋਈ ਫਰਕ ਨਹੀਂ ਪਿਆ ਜੀ। ਕੋਈ ਕਿਸੇ ਪੌਣੇ 3 ਸਾਲ ਹੋ ਗਏ, ਕੋਈ 1 ਰੁਪਈਏ ਦਾ ਕੋਈ ਆਵਾਜ਼ਾਰ ਨਹੀਂ ਜੀ ਕਿਸੇ ਦੇ, ਠੀਕ ਹੈ ਨਾ। ਹੁਣ ਰੋਟੀਆਂ ਤਾਂ ਉਨੀ ਖਾਣੀਆਂ ਨੇ, ਰੋਟੀਆਂ ਉਨੀ ਖਾਣੀਆਂ ਨੇ, ਫਿਰ ਕਾਹਦੇ ਵਾਸਤੇ ਤੁਸੀਂ ਲੋਕਾਂ ਦੇ ਪਬਲਿਕ ਦੇ ਪੈਸਿਆਂ ਦਾ ਦੁਰਵਰਤੋਂ ਕਰਦੇ ਜਾਂ ਉਹਨਾਂ ਦੇ ਹੱਕ ਕਿਉਂ ਮਾਰਦੇ ਹੋ? ਸੋ ਇਸ ਕਰਕੇ ਇਹੀ ਹੈ ਕਿ ਗਰੀਬ ਦੀ ਬਦਦੁਆ ਨਾ ਲਓ, ਕਿਉਂਕਿ ਗਰੀਬ ਦੀ ਹਾਂ ਅਤੇ ਪਰਮਾਤਮਾ ਦੀ ਦਰਗਾਹ ਸਿੱਧੀ, ਕੋਈ ਬਾਈਪਾਸ ਨਹੀਂ, ਸਿੱਧੀ ਪਹੁੰਚਦੀ ਹੈ ਉੱਥੇ। ਅੱਜ ਨਹੀਂ ਤਾਂ ਕੱਲ੍ਹ ਨੂੰ ਲੇਖਾ ਤਾਂ ਦੇਣਾ ਪੈਂਦਾ ਹੈ। ਲੋਕਾਂ ਦੀ ਕਚਹਿਰੀ ਜਿਹੜੀ ਉਹ ਕਿਸੇ ਨੂੰ ਮਾਫ਼ ਨਹੀਂ ਕਰਦੀ। ਦੂਜੀਆਂ ਕਚਹਿਰੀਆਂ 'ਚ ਵਕੀਲ ਵੱਡੇ ਕਰ ਲਓਗੇ, ਗਵਾਹਾਂ ਨੂੰ ਮੁਕਰਾ ਲਓਗੇ, ਪਰ ਲੋਕਾਂ ਦੀ ਕਚਹਿਰੀ 'ਚ ਕਿੱਥੋਂ ਲਿਆਉਂਗੇ? ਕਿਉਂਕਿ ਉੱਥੇ ਅਮਲਾਂ ਦੇ ਹੁੰਦੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਸੋ ਮੈਂ ਇੱਕ ਟੀਵੀ 'ਤੇ ਬੈਠਾ ਸੀ, ਹਿੰਦੀ ਦਾ ਚੈਨਲ ਸੀ ਵੋਟਾਂ ਵੇਲੇ, ਮੈਨੂੰ ਕਹਿੰਦੇ ਵੀ ਅਸੀਂ ਹੁਣ 4 ਲੀਡਰਾਂ ਦੇ ਨਾਮ ਲਵਾਂਗੇ, ਤੁਸੀਂ ਹੁਣੀ ਉਹਨਾਂ ਬਾਰੇ ਬੋਲਣਾ ਵੀ ਕੀ ਤੁਹਾਡੇ ਦਿਮਾਗ 'ਚ ਉਹਨਾਂ ਬਾਰੇ ਆਉਂਦਾ। ਚੱਲ ਬੋਲ ਦਿਓ, ਮੈਂ ਆਜ ਦੱਸ ਦੂੰਗਾ। ਕਹਿੰਦੇ ਸੁਖਬੀਰ ਬਾਦਲ, ਮੈਂ ਕਿਹਾ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ, ਨਾ ਪੰਜਾਬੀ ਪੜ੍ਹਨੀ ਆਉਂਦੀ ਹੈ, ਨਾ ਲਿਖਣੀ ਆਉਂਦੀ ਹੈ, ਨਾ ਬੋਲਣੀ ਆਉਂਦੀ ਹੈ, ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਜੋ ਕਿ ਹੋ ਨਹੀਂ ਸਕਦਾ। ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ, ਮੈਂ ਕਿਹਾ ਜੀ ਮਹਾਰਾਜੇ ਨੇ ਮਹਿਲਾਂ 'ਚ ਰਹਿਣ ਵਾਲੇ ਨੇ, ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ, ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਅੰਗਰੇਜ਼ਾਂ ਨਾਲ ਹੋ ਗਏ, ਜਦੋਂ ਅਕਾਲੀ ਦਲ ਦਾ ਰਾਜ ਹੋ ਗਿਆ ਅਕਾਲੀ ਦਲ ਨਾਲ ਹੋ ਗਏ, ਜੋ ਕਾਂਗਰਸ ਦਾ ਰਾਜ ਹੋ ਗਿਆ ਕਾਂਗਰਸ ਨਾਲ ਹੋ ਗਏ, ਅੱਜ ਕੱਲ੍ਹ ਭਾਜਪਾ ਦਾ ਰਾਜ ਭਾਜਪਾ ਨਾਲ ਨਹੀਂ, ਲੋਕਾਂ ਨਾਲ ਤਾਂ ਕਦੇ ਹੋਏ ਨਹੀਂ ਜੀ। ਕਹਿੰਦੇ ਜੀ ਨਰਿੰਦਰ ਮੋਦੀ, ਮੈਂ ਕਿਹਾ ਕਿਤੋਂ ਦੀ ਵੀ ਗੱਲ, ਕਿਤੋਂ ਦੀ ਵੀ ਲਿਆ ਕੇ, ਕਿਤੋਂ ਵੀ ਜੋੜ ਕੇ ਸੁਣਾ ਸਕਦਾ? ਅਤੇ ਨਾਲੇ ਕਹਿੰਦਾ ਮੈਂ ਗਰੰਟੀ ਦਿੰਦਾ। ਕਹਿੰਦੇ ਵੀ ਕਿਵੇਂ? ਮੈਂ ਕਿਹਾ ਚੰਦਰਯਾਨ ਲਾਂਚ ਕਰਨ ਜਦੋਂ ਸੀ ਨਾ, ਚੰਦਰਯਾਨ ਜਿਹੜਾ ਚੰਦ 'ਤੇ ਭੇਜਿਆ ਸੀ, ਉਹਦੇ ਲਾਂਚਿੰਗ 'ਤੇ ਮੋਦੀ ਜੀ ਚਲੇ ਗਏ। ਇਸਰੋ ਵਾਲੇ ਕਰਦੇ ਆ ਉਹ, ਇਸਰੋ ਆਪਣੀ ਜਿਹੜੀ ਵੱਡੀ ਉਹ ਹੈ, ਜਿਹੜੀ ਲਾਂਚਿੰਗ ਪੈਡ ਆਪਣੀ, ਜਿਵੇਂ ਉੱਧਰ ਨਾਸਾ ਹੈ ਆਪਣੇ ਕੋਲ ਇਸਰੋ ਹੈ। ਤਾਂ ਉੱਥੇ ਮੈਂ ਵੀ ਸੁਣਨ ਲੱਗ ਗਿਆ, ਉੱਥੇ ਮੋਦੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ। ਉਹ ਮੈਂ ਕਿਹਾ 8ਵੀਂ ਦਾ ਸਰਟੀਫਿਕੇਟ ਤਾਂ ਆਉਂਦਾ ਨਹੀਂ, ਇਸਰੋ ਨਾਲ ਇਹਦਾ ਕੀ ਲੱਗਦਾ, ਇਹ ਲੱਗਦਾ ਦੇਖ ਹੋ ਸਕਦਾ? ਇਹ ਤਾਂ ਪੜ੍ਹੇ ਲਿਖੇ ਲੋਕਾਂ ਦਾ ਕੰਮ ਹੈ, ਸਾਇੰਟਿਸਟਾਂ ਦਾ। ਮੈਂ ਕਿਹਾ ਹੁਣ ਨਾਤਾ ਕਿਵੇਂ ਜੋੜੂਗਾ? ਕਹਿੰਦਾ ਜਬ ਮੈਂ ਸਕੂਲ ਮੇਂ ਪੜ੍ਹਤਾ ਥਾ, ਤੀਸਰੀ ਚੌਥੀ ਕਕਸ਼ਾ ਮੇਂ ਥਾ, ਪੜ੍ਹਾਈ ਮੇਂ ਮੇਰਾ ਹੱਥ ਤੰਗ ਹੀ ਥਾ, ਇਸੀ ਲਈ ਮੁਝੇ ਹਰ ਇੱਕ ਟੀਚਰ ਆ ਕੇ ਬੋਲਤਾ ਥਾ, ਅਬ ਤੂੰ ਇਸਰੋ ਮੇਂ ਬੈਠ, ਅਬ ਇਸਰੋ ਮੇਂ, ਅਬ ਇਸਰੋ ਮੇਂ, ਅਬ ਇਸਰੋ ਮੇਂ, ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ। ਕਹਿੰਦੇ ਅਰਵਿੰਦ ਕੇਜਰੀਵਾਲ, ਮੈਂ ਕਿਹਾ ਜੀ ਇੱਕ ਸ਼ੇਰ ਹੈ ਭਗਤ ਸਿੰਘ ਦਾ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ, ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਮੈਨੂੰ ਕਹਿੰਦਾ ਜੀ ਭਗਵੰਤ ਮਾਨ, ਹੁਣ ਮੈਂ ਆਪਦੇ ਬਾਰੇ ਕੀ ਬੋਲਾਂ? ਮੈਂ ਕਿਹਾ ਜੀ ਫਿਰ ਬੋਲ ਦਿੰਦਾ ਜੀ। ਮੈਂ ਕਹਿੰਦੇ ਕੀ? ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਬੱਲੇ। ਸੋ ਲੋਕਾਂ ਦੀ ਰਹਿਮਤ ਜਦੋਂ ਡਿੰਪੀ ਹੋ ਜਾਂਦੀ ਹੈ ਨਾ, ਫਿਰ ਬੱਲੇ ਬੱਲੇ ਬੱਲੇ, ਫਿਰ ਪਰਮਾਤਮਾ ਵੀ ਨਾਲ ਚੱਲਦਾ। ਸੋ ਆਪਾਂ ਨੇ ਸਾਰੇ ਸ਼ਹਿਰ ਵੀ ਪਿੰਡ ਵੀ ਇਕੱਠੇ ਲੈ ਕੇ ਚੱਲਣੇ ਨੇ, ਆਪਣਾ ਸੋਸ਼ਲ ਬੌਂਡਿੰਗ ਇੰਨੀ ਹੈ, ਸਾਡੀਆਂ ਰਾਮਨੌਮੀਆਂ ਸਾਂਝੀਆਂ ਨੇ, ਸਾਡੇ ਗੁਰਪੁਰਬ ਸਾਂਝੇ ਨੇ, ਸਾਡੀਆਂ ਹਨੂੰਮਾਨ ਜੈਅੰਤੀਆਂ ਸਾਂਝੀਆਂ ਨੇ, ਸਾਡੀਆਂ ਕ੍ਰਿਸਮਿਸਾਂ ਸਾਂਝੀਆਂ ਨੇ, ਸਾਡੇ ਹਰ ਇੱਕ ਧਰਮ ਦੇ ਜਿਹੜੇ ਸਾਡੇ ਤਿਉਹਾਰ ਨੇ ਸਾਰੇ ਸਾਂਝੇ ਇਕੱਠੇ ਮਨਾਉਂਦੇ ਆਪਾਂ। ਸੋ ਮੈਂ ਪਾਰਲੀਮੈਂਟ 'ਚ ਬੋਲਿਆ ਸੀ, ਉਹ ਗੱਲ ਕਰ ਰਹੇ ਸੀ ਆਹ ਆਏ ਨੇ, ਉਹ ਲੜਾ ਤੇ ਇਹਨਾਂ ਨਾਲ, ਉਹ ਲੜਾ ਤਾ ਇਹਨਾਂ ਨਾਲ, ਉਹ ਲੜਾ ਤਾ। ਮੈਂ ਕਿਹਾ ਜੀ ਲੰਬੇ ਸਫ਼ਰ ਕੋ ਮੀਲੋ ਮੇਂ ਮਤ ਬਾਂਟੀਏ, ਕੌਮ ਕੋ ਕਬੀਲੋ ਮੇਂ ਮਤ ਬਾਂਟੀਏ, ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸਕੋ ਨਦੀਓ ਔਰ ਝੀਲੋ ਮੇਂ
ਮਤ ਬਾਂਟੀ ਹੈ। ਸੋ ਇੱਕ ਬਹੁਤ ਵਧੀਆ ਗੁਲਦਸਤਾ ਸਾਡਾ ਦੇਸ਼, ਇਹਦੇ 'ਚ ਹਰ ਤਰ੍ਹਾਂ ਦਾ ਫੁੱਲ ਹੈ ਔਰ ਹਰ ਫੁੱਲ ਦੀ ਆਪਣੀ ਸੁਗੰਧ ਹੈ। ਅਤੇ ਅੱਜ ਸਾਡੇ ਗੁਲਦਸਤੇ ਦੇ ਵਿੱਚ ਇੱਕ ਗੁਲਾਬ ਦਾ ਫੁੱਲ ਜਿਹੜਾ ਗਿੱਦੜਬਾਈ ਵਾਲਿਓ ਤੁਸੀਂ ਦੇਣ ਲੱਗੇ ਹੋ, ਅਤੇ ਜਿਹਦੀ ਸੁਗੰਧ ਵੀ ਵੱਖਰੀ ਹੈ, ਜਿਹਦਾ ਰੰਗ ਵੀ ਵੱਖਰਾ, ਜਿਹਦਾ ਢੰਗ ਵੀ ਵੱਖਰਾ। ਔਰ ਗੁਲਦਸਤਾ ਤਾਂਹੀਓ ਸੋਹਣਾ ਲੱਗਦਾ ਜੇ ਰੰਗ ਰੰਗ ਦੇ ਫੁੱਲ ਹੋਣ। ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ। ਸੋ ਇਸ ਕਰਕੇ ਡਿਪੀ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਕਹਿਣਾ, ਲੋਕ ਖੜੇ ਨੇ ਲੋਕਾਂ ਤੋਂ, ਪਰਮਾਤਮਾ ਲੋਕਾਂ 'ਚ ਹੀ ਵੱਸਦਾ ਕਿ ਇੱਜ਼ਤ ਦੇ ਵਿੱਚ ਕੋਈ ਕਮੀ ਨਹੀਂ ਆਊ। ਇੱਜ਼ਤ ਕਈ ਗੁਣਾ ਵਧਣ ਵਾਲੀ ਹੈ, ਕਿਉਂਕਿ ਜਿਹੜਾ ਜਿਹੜਾ ਸਮਝ ਲਓ ਵੀ ਕਾਲਾ ਪਾਣੀ ਤੁਸੀਂ ਕੱਟਣਾ ਸੀ, ਜਿਹੜਾ ਕੱਟ ਲਿਆ ਉਹ ਹੁਣ ਪੈਨ ਜਿਹੜੇ ਨੇ ਉਹ ਵੱਡੇ ਪੈਨ ਤੁਹਾਡੇ ਹੱਥ 'ਚ ਆਉਣਗੇ, ਅਤੇ ਜਿਹੜੀਆਂ ਦਿਲ ਦੇ ਵਿੱਚ ਇੱਛਾਵਾਂ ਨੇ 38 ਸਾਲ ਦੀਆਂ ਉਹ ਆਪਣੀਆਂ ਪੂਰੀਆਂ ਕਰ ਲਿਓ, ਇਹ ਮੇਰੀ ਗਰੰਟੀ ਹੈ। ਠੀਕ ਹੈ ਨਾ, ਲੋਕੋ ਕੋ ਅਕਸਰ ਕਹਿਤੇ ਸੁਣਾ ਹੈ, ਲੋਕੋ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਆਉਂਦੇ ਜਾਂਦੇ ਰਹਾਂਗੇ ਤੁਹਾਡੇ ਕੋਲ, ਜਿੱਥੇ ਮਰਜ਼ੀ ਬੁਲਾ ਲਿਓ। ਔਰ ਪ੍ਰਮਾਤਮਾ ਸਮਤ ਬਖਸ਼ੇ, ਬਲ ਬਖਸ਼ੇ ਕਿ ਲੋਕਾਂ ਦੀ ਸੇਵਾ 'ਚ ਇਸ ਤਰ੍ਹਾਂ ਲੱਗੇ ਰਹੀਏ। ਦੋਨਿਆਂ ਹੱਥ ਉੱਪਰ ਜੋ ਕੇ, ਦੋਨਿਆਂ ਹੱਥ ਉੱਪਰ ਜੋ ਰੱਖ ਕੇ ਨਾ ਦੋ ਨਾਰੇ ਲਾ ਦਿਓ। ਉਹ ਨਾਰੇ ਜਿਹੜੇ ਨੇ ਉਹ ਡਿੰਪੀ ਦਾ ਕਰਤਾ ਇੱਧਰ ਹੈ, ਉਹ ਨਾਰੇ ਇੱਧਰ ਪਹੁੰਚਣੇ ਚਾਹੀਦੇ ਹੈ। ਦੋਨੇ ਹੱਥ ਉੱਪਰ ਜਾ ਕੇ ਇਨਕਲਾਬ ਬੋਲੇ ਸੋਨਿਹਾਲ। ਬਾਕੀ ਸਾਰੀਆਂ ਫਾਰਮੈਲਿਟੀਆਂ, ਸਾਰੀਆਂ ਜਿਹੜੀਆਂ ਪੌੜੀਆਂ ਨਵੀਆਂ ਚੜਾਉਣੀਆਂ ਨੇ ਉਹ ਮੇਰਾ ਕੰਮ ਹੈ। ਤੁਸੀਂ ਇੱਕ ਵਾਰੀ ਆਪਣੇ ਭਰਾ ਦੇ, ਆਪਣੇ ਛੋਟੇ ਭਰਾ ਦੇ, ਵੱਡੇ ਭਰਾ ਦੇ, ਪੁੱਤ ਭਤੀਜੇ ਦੇ ਸਿਰ ਤੇ ਹੱਥ ਰੱਖੋ, ਤੇ ਆਪਾਂ ਝਾੜੂ ਫੇਰ ਕੇ ਸਫਾਈ ਕਰ ਦਿਓ। ਬਹੁਤ ਬਹੁਤ ਜ਼ਿਆਦਾ ਧੰਨਵਾਦ, ਜ਼ਿੰਦਾਬਾਦ।